ਨਹੀਂ ਲੱਗਦਾ ਕਿ ਜਿੰਨਾ ਮਰਜ਼ੀ ਅਸੀਂ ਇਕੱਲੇ ਇਕੱਲੇ ਰਹਿ ਕੇ ਜ਼ੋਰ ਲਾ ਲਈਏ ਇਹ ਚੀਜ਼ਾਂ ਨੂੰ ਠੱਲ ਨਹੀਂ ਪਾਈ ਜਾ ਸਕਦਾ? ਹਰ ਬੰਦੇ 'ਚ ਹੰਕਾਰ ਬਹੁਤ ਆ, ਹਰ ਬੰਦਾ ਚੌਧਰੀ ਬਣ ਨਹੀਂ ਫਿਰਦਾ ਕਿ ਮੇਰੀ ਚੌਧਰ ਚੱਲੇ। ਇਕੱਠੇ ਹੋਏ ਬਿਨਾਂ ਅਸੀਂ ਕੋਈ ਪ੍ਰਭਾਵ ਨਹੀਂ ਪਾ ਸਕਦੇ, ਕੋਈ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰਾ ਸਕਦੇ। ਜਿਹੜੇ ਆ ਫੇਲ ਹੋ ਚੁੱਕੇ ਲੀਡਰ ਨੇ, ਜਿਨ੍ਹਾਂ ਨੇ ਗਦਾਰੀਆਂ ਹੀ ਕੀਤੀਆਂ ਨੇ, ਤਾਂ ਉਹਨਾਂ ਨੂੰ ਪਛਾਣ ਕਰ ਦੇਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਖੰਡ ਬਾਣੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਮੈਂ ਪ੍ਰੀਤ ਸੈਣੀ ਸਵਾਗਤ ਕਰਦਾ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਪੱਖ ਦਾ ਮੁੱਦਾ ਦੇ ਵਿੱਚ। ਅੱਜ ਪਟਿਆਲਾ ਜੇਲ੍ਹ ਦੇ ਬਾਹਰ ਸ਼ਾਂਤਮਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ। ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ, ਜਿੱਦਾਂ ਬਰਗਾੜੀ ਇਨਸਾਫ ਮੋਰਚਾ ਵੀ ਲੱਗਿਆ ਸੀ, ਪਰ ਉਹ ਜਿਸ ਤਰੀਕੇ ਨਾਲ ਫਤਿਹ ਕੀਤਾ ਗਿਆ, ਚੱਕਿਆ ਗਿਆ, ਸਿੱਖ ਸੰਗਤ ਦੇ ਦਿਲ ਨੂੰ ਢਾਹ ਲੱਗੀ। ਪਰ ਲੱਖਾਂ ਸਧਾਣਾ ਵੀ ਉਰੇ ਪਹੁੰਚੇ ਨੇ, ਉਹਨਾਂ ਤੋਂ ਜਾਣਦੇ ਹਾਂ ਜੋ ਹਮੇਸ਼ਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਾਸਤੇ ਤਤਪਰ ਰਹੇ ਨੇ, ਲੜਦੇ ਆਏ ਨੇ, ਕਿ ਆਖਿਰ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੋ ਰਹੀ, ਕੀ ਸੋਚਦੇ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਰੋਸ ਪ੍ਰਦਰਸ਼ਨ ਅਸੀਂ ਸਧਾਰਨ ਜੀ ਕਿੰਨੇ ਹੀ ਕਰਾਂਗੇ, ਕਿਉਂਕਿ ਲੜੀਵਾਰ ਚੱਲ ਹੀ ਰਿਹਾ ਹੈ। ਇਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਬਹੁਤ ਜੂਝ ਰਹੇ ਹਾਂ। ਇੱਕ ਪਾਸੇ ਜਦੋਂ ਬਰਗਾੜੀ ਇਨਸਾਫ ਮੋਰਚਾ ਰੱਖਿਆ ਲੱਗਿਆ ਸੀਗਾ, ਉਦੋਂ ਉਮੀਦ ਇੱਕ ਜਾਗੀ ਸੀ ਕਿ ਸ਼ਾਇਦ ਹੁਣ ਮੰਗਾਂ ਮੰਨੀਆਂ ਜਾਣਗੀਆਂ, ਪੂਰੀਆਂ ਹੋਣਗੀਆਂ, ਪਰ ਉਹਦਾ ਵੀ ਜੋ ਹਸ਼ਰ ਹੋਇਆ ਤੁਹਾਡੇ ਸਾਹਮਣੇ ਹੈ। ਦੇਖੋ ਜੀ, ਜਿੱਥੋਂ ਤੱਕ ਗੱਲ ਆਪਾਂ ਕਰਦੇ ਹਾਂ ਕਿ ਰੋਸ ਧਰਨਿਆਂ ਦੀ ਗੱਲ, ਇਹ ਇੱਕ ਸੁਨੇਹਾ ਹੁੰਦਾ ਕੌਮ ਨੂੰ ਜਗਾਉਣ ਦੇ ਲਈ ਅਤੇ ਸਰਕਾਰਾਂ ਜਿਹੜੀਆਂ ਬੋਲੀਆਂ ਹੋ ਗਈਆਂ ਉਹਨਾਂ ਨੂੰ ਤਾਂ ਮੈਨੂੰ ਲੱਗਦਾ ਨਹੀਂ ਕੰਨ ਖੁੱਲ੍ਹਣਗੇ, ਪਰ ਕੌਮ ਨੂੰ ਮਾੜਾ ਮੋਟਾ ਹਲੂਣਾ ਮਾਰਨ ਦੇ ਲਈ ਵੀ ਜ਼ਰੂਰੀ ਹੁੰਦਾ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਧਰਨਾ, ਮੁਜ਼ਾਹਰਾ, ਕੋਈ ਰੋਸ ਪ੍ਰਦਰਸ਼ਨ ਜਿਹੜਾ ਲਗਾਤਾਰ ਉਹ ਹੁੰਦਾ ਰਹਿਣਾ ਚਾਹੀਦਾ, ਕਿਉਂਕਿ ਯਕਦਮ ਨਹੀਂ ਕਾਫਲੇ ਬਣਦੇ। ਕਾਫਲੇ ਜੇ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਥੋੜ੍ਹੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆਉਂਦੀ ਹੈ, ਤਾਂ ਆਪਾਂ ਇਹ ਵੀ ਦੇਖਿਆ ਕਿ ਬਰਗਾੜੀ ਜਦੋਂ ਮੋਰਚਾ ਲੱਗਿਆ ਸੀ ਤਾਂ ਬਹੁਤ ਥੋੜ੍ਹੀ ਗਿਣਤੀ ਦੇ ਵਿੱਚ ਜਿਹੜੀ ਕੌਮ ਇਕੱਠੀ ਹੁੰਦੀ ਸੀ, ਸੰਗਤ ਇਕੱਠੀ ਹੁੰਦੀ, ਪਰ ਉਦੋਂ ਬਾਅਦ ਉਹ ਗਿਣਤੀ ਲੱਖਾਂ 'ਚ ਚਲੀ ਗਈ ਸੀ। ਸੋ ਪਰ ਉਹਦੇ ਵਿੱਚ ਇਹ ਜਿਹੜੇ ਮੈਂ ਇੱਕੋ ਇੱਕ ਇਹਦਾ ਕਾਰਨ ਇਹ ਦੇਖਦਾ ਕਿ ਜਿਹੜੇ ਹੁਣੇ ਮਤਲਬ ਕਿ ਰੋਸ ਮਾਰਚਾਂ ਦੇ ਵਿੱਚ ਘੱਟ ਆਉਣ ਦਾ ਸੰਗਤ ਦਾ ਇੱਕੋ ਇੱਕ ਕਾਰਨ ਹੈਗਾ ਕਿ ਲੋਕ ਨਿਰਾਸ਼ ਹੋ ਗਏ ਨੇ, ਹਤਾਸ਼ ਹੋ ਗਏ ਨੇ ਉਹਨਾਂ ਲੀਡਰਾਂ ਤੋਂ ਜਿਨ੍ਹਾਂ ਨੇ ਬਰਗਾੜੀ ਮੋਰਚਾ ਚੱਕ ਕੇ ਪਿੱਠ ਛੁਰਾ ਮਾਰਤਾ ਕੌਮ ਦੇ, ਇੰਨਾ ਮਨੋਬਲ ਤੋੜਤਾ, ਜਿਨ੍ਹਾਂ ਨਾਲ ਵੀ ਗੱਲ ਕਰਦੇ ਹਾਂ ਹੁਣ ਨੌਜਵਾਨਾਂ ਨਾਲ ਜਾਣ ਦੀ, ਭਾਈ ਆ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲੱਗਿਆ ਹੋਇਆ ਆਪਾਂ ਜਾਣਾ, ਤਾਂ ਕਹਿੰਦੇ ਕੀ ਕੱਢਣਾ, ਕੀ ਨਿਕਲਣਾ ਇਹਨਾਂ 'ਚੋਂ ਯਾਰ, ਕਿਸੇ ਨੇ ਕੱਢਣ ਪਾਉਣ ਨੂੰ ਅੱਗੇ ਜਿਹੜਾ ਉਹਨਾਂ ਨੇ ਕਰਤਾ ਹੁਣ ਉਹੀ ਕੁਛ ਇਹ ਕਰ ਦੇਣਗੇ। ਸੋ ਇਹ ਬੜਾ ਬੜਾ ਵੱਡਾ ਘਾਟਾ ਹੁੰਦਾ। ਮੈਂ ਪਹਿਲਾਂ ਉੱਥੇ ਵੀ ਇਹ ਗੱਲ ਬੋਲਿਆ ਸੀ, ਮੈਂ ਕਿਹਾ ਹੁਣ ਲਗਾਤਾਰ 20 ਸਾਲ ਮੈਨੂੰ ਲੱਗਦਾ ਨਹੀਂ ਕਿ ਕੌਮ ਛੇਤੀ ਕਿਤੇ ਕਿਸੇ ਲੀਡਰ 'ਤੇ ਵਿਸ਼ਵਾਸ ਕਰੂਗੀ। ਬੜਾ ਵੱਡਾ ਹੀ ਇਹ ਸੱਟ ਹੁੰਦੀ ਆ, ਬੜਾ ਸੈੱਟਬੈਕ ਹੁੰਦਾ ਬਹੁਤ ਵੱਡਾ ਕਿ ਕੌਮ ਬਹੁਤ ਪਛਾਣ ਚਲੀ ਜਾਂਦੀ ਆ। ਸੋ ਪਰ ਹੌਲੀ ਹੌਲੀ ਲੱਗੇ ਹੋਏ ਨੇ, ਜਿਸ ਤਰ੍ਹਾਂ 21 ਮੈਂਬਰੀ ਕਮੇਟੀ ਬਣੀ ਆ, ਹੋਰ ਵੀ ਕਈ ਵੱਖ ਵੱਖ ਜਿਹੜੇ ਜਥੇਬੰਦੀਆਂ ਵਾਲੇ ਹੈਗੇ, ਜਿਹੜੇ ਸਿਰਦ ਹੈਗੇ ਆ, ਜਿਹੜੇ ਸੱਚੇ ਦਿਲੋਂ ਲੱਗੇ ਹੋਏ ਨੇ ਕਿ ਯਾਰ ਕੌਮ ਦਾ ਕੋਈ ਭਲਾ ਹੋ ਜੇ, ਬੰਦੀ ਸਿੰਘ ਬਾਹਰ ਆ ਜਾਣ, ਸਾਡੇ ਕਿੰਨੇ ਹੋਰ ਜਿਹੜੇ ਮੁੱਦੇ ਹੈਗੇ ਨੇ ਉਹ ਸਾਡੇ ਠੀਕ ਹੋ ਜਾਣ ਪੰਜਾਬ। ਭਲਾ ਤਾਂ ਸਾਰੇ ਹੀ ਸੋਚ ਰਹੇ ਨੇ, ਜਿੰਨੀਆਂ ਵੀ ਜਥੇਬੰਦੀਆਂ ਨੇ ਜਾਂ ਜਿੰਨੀਆਂ ਵੀ ਧੜੇਬੰਦੀਆਂ ਨੇ, ਹਰ ਕੋਈ ਚਾਹੁੰਦਾ ਕਿ ਸਿੱਖ ਕੌਮ ਦਾ ਭਲਾ ਹੋਵੇ, ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਬਚਾਇਆ ਜਾ ਸਕੇ, ਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ। ਪਰ ਜਿੱਦਾਂ ਭੇਡਾਂ ਬੱਕਰੀਆਂ ਵਾਂਗੂ ਅਲੱਗ ਅਲੱਗ ਧੜੇਬੰਦੀਆਂ ਦੇ ਵਿੱਚ, ਜਥੇਬੰਦੀਆਂ ਦੇ ਵਿੱਚ ਵੰਡੇ ਹੋਏ ਨੇ, ਡਿਵਾਈਡ ਐਂਡ ਰੂਲ ਜਿੱਦਾਂ ਹੋਇਆ ਪਿਆ ਇਹਨਾਂ ਦੇ ਵਿੱਚ, ਉਹ ਇੱਕ ਜਦੋਂ ਤੱਕ ਪਲੇਟਫਾਰਮ 'ਤੇ ਨਹੀਂ ਆਉਂਦੇ ਉਦੋਂ ਤੱਕ ਪੋਸੀਬਲ ਹੀ ਨਹੀਂ ਹੋ ਸਕਦਾ। ਤੁਹਾਨੂੰ ਹੀ ਲੱਗਦਾ ਕਿ ਜਿੰਨਾ ਮਰਜ਼ੀ ਅਸੀਂ ਇਕੱਲੇ ਇਕੱਲੇ ਰਹਿ ਕੇ ਜ਼ੋਰ ਲਾ ਲਈਏ ਇਹ ਚੀਜ਼ਾਂ ਨੂੰ ਠੱਲ ਨਹੀਂ ਪਾਈ ਜਾ ਸਕਦੀ? ਮੈਂ ਇਹੀ ਗੱਲ ਸਟੇਜ 'ਤੇ ਬੋਲਿਆ ਸੀ ਕਿ ਇਕੱਠੇ ਹੋਏ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋਣਾ, ਇਕੱਠੇ ਹੋਏ ਬਿਨਾਂ ਅਸੀਂ ਕੋਈ ਪ੍ਰਭਾਵ ਨਹੀਂ ਪਾ ਸਕਦੇ, ਕੋਈ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰਾ ਸਕਦੇ, ਕੋਈ ਕੌਮ ਦੇ ਹੋਰ ਮਸਲੇ ਹੈਗੇ ਉਹ ਹੱਲ ਨਹੀਂ ਕਰਾ ਸਕਦੇ। ਪਰ ਵੀਰ ਇਕੱਠੇ ਹੋਣ 'ਚ ਦਿੱਕਤ ਪਤਾ ਕਿੱਥੇ ਹੁੰਦੀ ਹੈ? ਮੈਂ ਜਦੋਂ ਤੱਕ ਮੈਨੂੰ ਲੱਗਦਾ ਕਿ ਮੈਂ ਜਿੰਨਾ ਟਾਈਮ ਹੋ ਗਿਆ ਮੈਨੂੰ ਜੁੜੇ ਹੋਏ ਨੂੰ ਇਸ ਦੇ ਨਾਲ, ਸਾਰੇ ਮਸਲਿਆਂ ਦੇ ਨਾਲ,
ਹਰ ਬੰਦੇ 'ਚ ਹੰਕਾਰ ਬਹੁਤ ਆ, ਹਰ ਬੰਦਾ ਚੌਧਰੀ ਬਣਨ ਨੂੰ ਫਿਰਦਾ ਕਿ ਮੇਰੀ ਚੌਧਰ ਚੱਲੇ। ਸਟੇਜਾਂ ਸਾਹਮਣੇ ਦੀ ਗੱਲ ਹੁੰਦੀ ਆ, ਉੱਥੇ ਸਟੇਜਾਂ 'ਤੇ ਵੀ ਮੈਂ ਦੇਖਿਆ ਬਰਗਾੜੀ ਲੜਦੇ ਰਹੇ ਆ ਵੀ ਨਹੀਂ ਮੈਂ ਚੌਧਰੀ ਹਾਂ, ਦੂਜਾ ਕਹਿੰਦਾ ਨਹੀਂ ਮੈਂ ਚੌਧਰੀ ਹਾਂ, ਹੈ ਨਾ। ਉੱਥੇ ਵੀ ਇੱਕ ਦੂਜੇ ਨੂੰ ਅਸਲੇ ਵੀ ਕੱਢਦੇ ਰਹੇ ਆ ਸਟੇਜਾਂ ਸਾਹਮਣੇ ਦੇ ਪਿੱਛੇ, ਮੈਂ ਉਹ ਵੀ ਹਾਲਾਤ ਦੇਖੇ ਨੇ। ਵੀ ਦੇਖੋ ਠੀਕ ਆ, ਆਪਾਂ ਕਹਿੰਦੇ ਅੱਗੇ ਲੱਗੋ ਕੌਮ ਦੇ, ਆਪਾਂ ਇਹ ਨਹੀਂ ਕਹਿੰਦੇ ਚੌਧਰੀ ਬਣ ਜਾਓ, ਪਰ ਕੌਮ ਦਾ ਕੁਝ ਸੰਵਾਰੋ ਵੀ। ਇਕੱਲੇ ਚੌਧਰੀ ਬਣਨ ਤੱਕ ਹੀ ਸੀਮਤ ਰਹਿੰਦੇ ਹਾਂ ਜਾਂ ਆਪਦੀਆਂ ਰੋਟੀਆਂ ਸਿੱਕਣ ਤੱਕ ਹੀ ਸੀਮਤ ਰਹਿੰਦੇ ਹਾਂ ਜਾਂ ਆਪਦਾ ਕੋਈ ਲਾਹਾ ਖੱਟ ਲੈਂਦੇ ਹਾਂ ਚੌਧਰੀ ਬਣ ਕੇ, ਉਦੋਂ ਬਾਅਦ ਪਾਸੇ ਹਟ ਜਾਂਦੇ ਹਾਂ, ਹੈ ਨਾ। ਉਹ ਨਹੀਂ ਗੱਲਾਂ ਹੋਣੀਆਂ ਚਾਹੀਦੀਆਂ। ਮੈਂ ਤਾਂ ਤੁਹਾਡੀ ਗੱਲ ਨਾਲ ਬਿਲਕੁਲ 100% ਸਹਿਮਤ ਹਾਂ ਕਿ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੁੰਦੇ, ਜਿਹੜੇ ਆ ਫੇਲ ਹੋ ਚੁੱਕੇ ਲੀਡਰ ਨੇ, ਜਿਨ੍ਹਾਂ ਨੇ ਗਦਾਰੀਆਂ ਹੀ ਕੀਤੀਆਂ ਨੇ, ਜਦੋਂ ਮੋਰਚਾ ਭੱਜ ਕੇ ਸਿਖਰਾਂ 'ਤੇ ਜਾਂਦੇ ਰਹੇ ਆ ਤਾਂ ਉਦੋਂ ਉਹ ਮੋਰਚੇ ਨੂੰ ਫੇਲ ਕਰ ਦਿੰਦੇ ਰਹੇ ਨੇ, ਤਾਂ ਉਹਨਾਂ ਨੂੰ ਪਛਾਣ ਕਰ ਦੇਣਾ ਚਾਹੀਦਾ। ਨਵੀਂ ਜਿਹੜੇ ਯੂਥ ਆ, ਜਿਹੜਾ ਨੌਜਵਾਨ ਹੈ, ਨਵੇਂ ਮੁੰਡੇ ਜਿਸ ਤਰ੍ਹਾਂ ਮੈਂ ਦੇਖਦਾ ਰਿਹਾ, ਗੁਰਸਿੱਖ ਮੁੰਡੇ ਨੇ ਇੱਥੇ ਵੀ ਆਏ ਹੋਏ ਨੇ, ਬੋਲੇ ਵੀ ਨੇ ਸਟੇਜਾਂ 'ਤੇ, ਇਹੋ ਜਿਹੇ ਨੌਜਵਾਨ ਜਿਹੜੇ ਅੱਗੇ ਲੱਗਣ, ਜਿਹੜੇ ਇਮਾਨਦਾਰ ਵੀ ਹੋਣ ਅਤੇ ਸੱਚੇ ਸਿਰਦਤਾ ਵਾਲੇ ਵੀ ਹੋਣ, ਤਾਂ ਉਹ ਜਾ ਕੇ ਕੋਈ ਕੌਮ ਨੂੰ ਕੋਈ ਨਾ ਕੋਈ ਮਸਲਾ ਹੱਲ ਕਰਾ ਸਕਦੇ। ਤੁਸੀਂ ਪੁਲਿਸ ਪ੍ਰਸ਼ਾਸਨ, ਜੇਲ੍ਹਾਂ ਦੇ ਅੰਦਰ ਦੇ ਹਾਲਾਤ, ਬਾਹਰ ਦੇ ਹਾਲਾਤ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ, ਪੋਲੀਟੀਕਲ ਵਿਲਸ਼ਿਪ ਕਿੱਦਾਂ ਪਾਵਰ ਕੰਮ ਕਰਦੀ ਹੈ, ਕਿਸ ਤਰੀਕੇ ਨਾਲ ਨੌਜਵਾਨਾਂ ਨੂੰ ਧੱਕੇਸ਼ਾਹੀ ਦੇ ਜ਼ੋਰ ਦੇ ਉੱਤੇ ਫਸਾਇਆ ਜਾਂਦਾ, ਕਿੱਦਾਂ ਪਰਚੇ ਕਰਵਾਏ ਜਾਂਦੇ ਨੇ, ਬਹੁਤ ਹੱਦ ਤੱਕ ਤੁਸੀਂ ਆਪ ਉਹ ਹੱਡੀ ਹੰਡਾਇਆ ਵੀ ਹੈ ਅਤੇ ਦੇਖਿਆ ਵੀ ਹੈ, ਕੀ ਕਹੋਗੇ ਕਿ ਜਵਾਨ ਪੀੜ੍ਹੀ ਨੂੰ ਜਿਸ ਤਰੀਕੇ ਨਾਲ ਪਿੱਛੇ ਜੇ ਨਵਾਂ ਸ਼ਹਿਰ ਤੋਂ 3 ਨੌਜਵਾਨ ਚੱਕੇ ਗਏ ਸਿਰਫ ਸਿੱਖ ਇਤਿਹਾਸ ਰੱਖਣ ਕਰਕੇ, ਉਸ ਤੋਂ ਇਲਾਵਾ ਬਾਅਦ ਵਿੱਚ ਪਤਾ ਲੱਗਿਆ ਹੋਰ ਵੀ 1-2 ਸਿੱਖ ਨੌਜਵਾਨਾਂ ਦੇ ਉੱਤੇ ਉਸੇ ਤਰ੍ਹਾਂ ਨਾਲ ਤਸ਼ੱਦਤ ਹੋ ਰਹੀ ਹੈ, ਕੀਤੀ ਜਾ ਰਹੀ ਹੈ, ਸਾਡਾ ਇਤਿਹਾਸ ਮਿਟਾਇਆ ਜਾ ਰਿਹਾ ਹੈ, ਇਮਾਰਤਾਂ ਢਹਿ ਢੇਰੀ ਕੀਤੀ ਜਾ ਰਹੀ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਅਗਰ ਇੱਕ ਤਰਾਜ਼ੂ ਦੇ ਵਿੱਚ ਰੱਖ ਕੇ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਕੀ ਨਜ਼ਰ ਆਉਂਦਾ? ਵੀਰ ਦੇਖੋ, ਇਹ ਨਾ ਜਿਹੜੀ ਗੱਲ ਕਰ ਰਹੇ ਹੋ ਕਿ ਤੁਸੀਂ ਜਿਹੜੇ ਨੌਜਵਾਨ ਆ, 4 ਦਿਨ ਪਹਿਲਾਂ ਇੱਕ ਹੋਰ ਨੌਜਵਾਨ ਫੜਿਆ ਜੀ, ਉਹਨੂੰ ਵੀ ਜੋੜਿਆ ਵੀ ਕਿਸੇ ਖਾਲਿਸਤਾਨੀ ਜਥੇਬੰਦੀ ਨਾਲ ਇਹਦੇ ਸੰਬੰਧ ਸੀ, ਇਹਦੇ ਫੋਨ ਟਰੇਸ ਕੀਤੇ ਗਏ ਨੇ, ਇਹਦੇ ਕੋਲ ਅਸਲਾ ਮਿਲਿਆ, ਉਹੋ ਜਿਹੀਆਂ ਧਰਾਵਾਂ ਲਾ ਦਿੰਦਾ ਜਿਹਨਾਂ 'ਤੇ ਕੋਈ ਜ਼ਮਾਨਤ ਹੀ ਨਹੀਂ ਹੈਗੀ। ਇਹ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਕੌਮ ਦੇ ਅੰਦਰ, ਨੌਜਵਾਨਾਂ ਦੇ ਅੰਦਰ ਵੀ, ਜਿਹੜੇ ਨੌਜਵਾਨ ਉੱਠ ਕੇ ਅੱਜ ਬੋਲਣ ਲੱਗੇ ਨੇ, ਆਪਦੇ ਹਿੱਤਾਂ ਦੀ ਗੱਲ ਕਰਦੇ, ਆਪਣੇ ਹੱਕਾਂ ਦੀ ਗੱਲ ਕਰਦੇ, ਉਹਨਾਂ ਦੇ ਮੁਕੱਦਮੇ ਦਰਜ ਕਰਕੇ ਜੇਲ੍ਹਾਂ ਸਿੱਟ ਦਿਓ, ਹੋ ਸਕਦਾ ਕੱਲ੍ਹ ਨੂੰ ਮੇਰਾ ਕਦੇ ਵੀ ਕੋਈ ਇਹੋ ਜਿਹਾ ਮੁਕੱਦਮਾ ਦਰਜ ਕਰਕੇ ਜੇਲ੍ਹ ਸਿੱਟ ਦਿੱਤਾ ਜਾਵੇ। ਦੂਜੀ ਗੱਲ ਤੁਸੀਂ ਕੀਤੀ, ਸਾਡੀਆਂ ਜਿਹੜੀਆਂ ਪੁਰਾਤਨ ਇਮਾਰਤਾਂ ਨੇ, ਇਤਿਹਾਸਕ ਸਾਡੇ ਦਸਤਾਵੇਜ਼ ਨੇ, ਸਾਡੀਆਂ ਕਿਤਾਬਾਂ ਨੇ, ਸਾਡੇ ਗ੍ਰੰਥ ਨੇ, ਉਹਨਾਂ ਨੂੰ ਵੀ ਮਲੀਆ ਮੇਟ ਕੀਤਾ ਜਾ ਰਿਹਾ। ਦੇਖੋ, ਨਸਲਕੁਸ਼ੀ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਸਾਡੀ ਉਹ ਨਸਲਕੁਸ਼ੀ ਹੋਈ 84 'ਚ, ਸਾਨੂੰ ਮਾਰਿਆ ਗਿਆ, ਵੱਢਿਆ ਗਿਆ, ਟੁੱਕਿਆ ਗਿਆ। ਇੱਕ ਜਿਹੜੀ ਅੱਜ ਨਸਲਕੁਸ਼ੀ ਹੈ, ਇਹ ਬਹੁਤ ਖਤਰਨਾਕ ਹੈ, ਇਹ ਦਿਖਦੀ ਨਹੀਂ ਹੈ, ਕਿਉਂਕਿ ਕਿਸੇ ਵੀ ਇਤਿਹਾਸ ਨੂੰ ਬਰਬਾਦ ਕਰ ਦੇਣਾ, ਕਿਸੇ ਸਾਹਿਤ ਨੂੰ ਬਰਬਾਦ ਕਰ ਦੇਣਾ, ਕਿਸੇ ਧਰਮ ਦੇ ਜਿਹੜੀ ਸ਼ੁੱਧਤਾ ਉਹਨੂੰ ਖਤਮ ਕਰਨ ਦੇਣਾ, ਉਹ 'ਚ ਮਿਲਾਵਟ ਕਰ ਦੇਣੀ, ਇਹ ਇੱਕ ਜੈਨੋਸਾਈਡ ਹੈ, ਇੱਕ ਨਸਲਕੁਸ਼ੀ ਆ। ਹੁਣ ਸਾਡੇ ਨਾਲ ਉਹ ਹੋ ਰਿਹਾ, ਕਰ ਕੌਣ ਰਹੇ ਨੇ? ਕਾਰਸੇਵਾ ਵਾਲੇ, ਉਹਨਾਂ ਦੇ ਪਿੱਛੇ ਕੌਣ ਖੜੀਆਂ ਏਜੰਸੀਆਂ, ਉਹਨਾਂ ਦੇ ਪਿੱਛੇ ਕੌਣ ਖੜਾ? RSS ਜਾਂ BJP ਜਾਂ ਸੈਂਟਰ ਦੀਆਂ ਜਿੰਨੀਆਂ ਹੋਰ ਏਜੰਸੀਆਂ ਨੇ, ਜਿਹੜੀਆਂ ਘੱਟ ਗਿਣਤੀਆਂ ਨੂੰ ਖਤਮ ਕਰਨਾ ਚਾਹੁੰਦੀਆਂ ਨੇ, ਜਾਂ ਜਿਹੜੀਆਂ ਚਾਹੁੰਦੀਆਂ ਨੇ, ਉਹਨਾਂ ਦੇ ਆਮ ਤੌਰ 'ਤੇ ਆਪਾਂ ਬਿਆਨ ਦੇਖ ਲਿਆ ਕਰੋ, ਜਿਹੜੇ ਕਹਿੰਦੇ ਨੇ ਕਿ ਸਿੱਖ ਕਿੱਸਾਧਾਰੀ ਹਿੰਦੂ ਨੇ, ਇਹ ਸਾਡੇ 'ਚੋਂ ਨਿਕਲੇ ਹੋਏ ਨੇ, ਇਹ ਸਾਡੇ 'ਚ ਅਸੀਂ ਜਜ਼ਬ ਕਰ ਲੈਣੇ ਨੇ, ਉਹ ਕਾਮਯਾਬ ਵੀ ਹੋ ਰਹੇ ਨੇ। ਹੁਣ ਤੁਸੀਂ ਦੇਖੋ, ਅਨੰਦਪੁਰ ਸਾਹਿਬ ਦੇ ਕਿਲ੍ਹਿਆਂ ਦਾ ਰੂਪ ਬਦਲ ਦਿੱਤਾ ਗਿਆ, ਸਰਹੰਦ ਦੀ ਦੀਵਾਰ ਦੇ ਉੱਤੇ ਗੁਰਦੁਆਰਾ ਸਾਰ ਦਿੱਤਾ ਗਿਆ, ਠੰਡੇ ਬੁਰਜ ਨੂੰ ਗੁਰਦੁਆਰੇ 'ਚ ਤਬਦੀਲ ਕਰ ਦਿੱਤਾ ਗਿਆ, ਕੱਚੀ ਗੜੀ ਨੂੰ ਗੁਰਦੁਆਰੇ ਤਬਦੀਲ ਕੀਤਾ ਗਿਆ, ਅੰਮ੍ਰਿਤਸਰ ਦੇ ਵਿੱਚ ਬੁੰਗਾ ਮਿਟਾ ਦਿੱਤਾ ਗਿਆ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਬਾਬਾ ਦੀਪ ਸਿੰਘ ਵਾਲਾ ਸਾਰਾ ਇਤਿਹਾਸ ਹੀ ਖਤਮ ਕਰ ਦਿੱਤਾ ਗਿਆ। ਸੋ ਇਹ ਇੱਕ ਬਹੁਤ ਗਹਿਰੀ ਅਤੇ ਡੂੰਘੀ ਸਾਜਿਸ਼ ਹੈ, ਜਿਹੜੀ ਸਾਡੇ ਲੋਕਾਂ ਨੂੰ ਹੁਣ ਮਾੜਾ ਜਿਹਾ ਦਰਸ਼ਨੀ ਡਿਉੜੀ ਢਹਿਣ ਦੇ ਨਾਲ ਲੋਕਾਂ 'ਚ ਕੌਮ ਦੇ ਵਿੱਚ, ਸੰਗ ਦੇ ਵਿੱਚ ਰੋਹ ਪੈਦਾ ਹੋਇਆ, ਗੁੱਸਾ ਪੈਦਾ ਹੋਇਆ, ਪਰ ਉਹਦੇ ਵਿੱਚ ਵੀ ਹਲੇ ਉਹ ਗੁੱਸਾ ਉਸ ਤਰੀਕੇ ਨਾਲ ਨਹੀਂ ਪੈਦਾ ਹੋਇਆ। ਮੈਂ ਕਹਿੰਦਾ ਕਾਰਸੇਵਾ ਵਾਲੇ ਜਿਹੜੇ ਪਿੰਡ 'ਚ ਮਿਲਦਾ ਢਾ ਲੈਣੇ ਚਾਹੀਦੇ, ਡਾਂਗ ਫੇਰਨੀ ਚਾਹੀਦੀ, ਪਿੰਡਾਂ 'ਚ ਨਾ ਵੜਨ ਦਿਓ।
ਅਸੀਂ ਤਾਂ ਆਪਣੇ ਜ਼ਿਲ੍ਹਿਆਂ ਦੇ ਵਿੱਚ ਪੰਜ ਚਾਰ ਜ਼ਿਲ੍ਹੇ ਨੇੜੇ ਨੇੜੇ ਬਠਿੰਡਾ ਫਰੀਦਕੋਟ ਮਾਨਸਾ ਜ਼ਿਲ੍ਹਿਆਂ 'ਚ ਪਰਚੇ ਅਸੀਂ ਛਪਾ ਲਏ ਆ ਪਿੰਡਾਂ 'ਚ ਵੰਡਣੇ ਆ ਵੀ ਜਿਹੜੇ ਪਿੰਡ 'ਚ ਹੁਣੇ ਕਣਕ ਲੈਣ ਆ ਕੇ ਸੁੱਟ ਲਿਓ। ਸਭ ਤੋਂ ਜ਼ਿਆਦਾ ਵੱਡਾ ਨੁਕਸਾਨ ਸਾਡਾ ਆਹ ਕਾਰ ਸੇਵਾ ਵਾਲਿਆਂ ਨੇ ਕੀਤਾ ਅਤੇ ਕਰਾ ਰਹੀਆਂ ਨੇ ਇਹਨਾਂ ਦੇ ਪਿੱਛੇ ਜਿਹੜੀਆਂ ਏਜੰਸੀਆਂ ਖੜੀਆਂ। ਹੁਣ ਸ਼੍ਰੋਮਣੀ ਕਮੇਟੀ ਫਸਦੀ ਨਜ਼ਰ ਆਈ, ਸ਼੍ਰੋਮਣੀ ਕਮੇਟੀ ਨਹੀਂ ਫਸਦੀ ਨਜ਼ਰ ਆਈ, ਅਸਲ ਬਾਦਲ ਫਸਦੇ ਨਜ਼ਰ ਆਏ, ਕਿਉਂਕਿ ਵੋਟਾਂ ਦਾ ਹੈਗਾ ਦੌਰ ਆ, ਉਹਨਾਂ ਨੇ ਦੇਖਿਆ ਵੀ ਇਹ ਗੱਲ ਵੋਟਾਂ ਵਾਲੀ ਸਾਡੇ ਉਲਟ ਪਊਗੀ, ਇਹ ਗੱਲ ਮੁੱਦਾ ਭੱਖੂ ਗੱਲ ਪ੍ਰਚਾਰ ਹੋਣਾ, ਵਿਰੋਧੀ ਪਾਰਟੀਆਂ ਨੇ ਪ੍ਰਚਾਰ ਕਰਨਾ ਵੀ ਆਹ ਦੇਖੋ ਸ਼੍ਰੋਮਣੀ ਕਮੇਟੀ ਨੇ ਦਰਸ਼ਨੀ ਡਿਊਟੀ ਢਵਾਤੀ ਆ। ਹੁਣ ਬਾਦਲਾਂ ਨੇ ਸ਼੍ਰੋਮਣੀ ਕਮੇਟੀ ਤੋਂ ਬਿਆਨ ਦਵਾਤਾ, ਕੱਲ੍ਹ ਮੈਂ ਅਖਬਾਰ 'ਚ ਪੜ੍ਹ ਰਿਹਾ ਸੀ, ਉਹਨਾਂ ਨੇ ਕਹਿੰਦੇ ਹਰੀ ਝੰਡੀ ਦੇ ਦੀ ਵੀ ਪਰਚਾ ਕਰ ਦਿਓ। ਪਰਚਾ ਕੀ ਹੋਣਾ, ਮਾੜਾ ਮੋਟਾ ਕੋਈ 295 ਦੀ ਜਿਹੜੀ ਧਾਰਾ ਲਾ ਕੇ ਉਹ ਪੰਜਾਂ ਹੱਥਾਂ ਨਾਲ ਬਾਅਦ ਜ਼ਮਾਨਤ ਹੋ ਜਾਣੀ ਹੈ, ਉਹ ਨਹੀਂ। ਮੈਂ ਕਹਿੰਦਾ ਇਹਨਾਂ ਦੇ ਖਿਲਾਫ਼ ਇਸ ਤਰ੍ਹਾਂ ਦੀਆਂ ਜਿਹੜੀਆਂ ਸੰਗੀਨ ਧਰਾਵਾਂ ਲਾਉਣ ਜਿਹੜੇ ਬਾਹਰ ਨਾ ਸਕਣ, ਅਤੇ ਦੂਜਾ ਸਬਕ ਇਹਨੂੰ ਲੋਕ ਸਿਖਾਉਣ, ਉਹ ਚਾਹੇ ਜਗਤਾਰ ਸਿੰਘ ਆ ਕਾਰਸੇ ਵਾਲਾ, ਚਾਹੇ ਉਹ ਕੁਮਿੰਦਰ ਸਿੰਘ ਆ, ਚਾਹੇ ਕੋਈ ਦੋ ਚਾਰ ਜਿਹੜੇ ਹੋਰ ਤੁਰੇ ਫਿਰਦੇ ਨੇ ਉਹ ਹੈਗੇ ਆ, ਉਹਨਾਂ ਨੂੰ ਸੋਧਾ ਜਿਹੜਾ ਲਾਉਣ ਵਾਲਾ ਕੰਮ, ਉਹਨਾਂ ਦੇ ਡਾਂਗ ਫੇਰਨ ਵਾਲਾ ਕੰਮ ਜਿੱਥੇ ਕਿਤੇ ਮਿਲਦੇ ਆ ਸਿੱਟ ਲਓ, ਕਿਉਂਕਿ ਐਡਾ ਵੱਡਾ ਨੁਕਸਾਨ ਸਾਡਾ ਵੀਰ ਕਰ ਗਏ ਨੇ ਉਹ, ਅਸੀਂ ਸੋਚ ਨਹੀਂ ਸਕਦੇ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ, ਆਉਣ ਵਾਲੀਆਂ ਪੀੜ੍ਹੀਆਂ ਨੇ ਸਾਨੂੰ ਪੁੱਛਣਾ ਸਾਡੇ ਇਤਿਹਾਸ ਬਾਰੇ, ਕਿਤਾਬਾਂ 'ਚ ਪੜ੍ਹ ਕੇ ਵੀ ਕਿਤਾਬਾਂ 'ਚ ਲਿਖਿਆ ਹੋਇਆ ਵੀ ਕੱਚੀ ਗੜੀ ਕਿੱਥੇ ਹੈ, ਸਰਹੰਦੀ ਦੀਵਾਰ ਕਿੱਥੇ ਹੈ, ਅਨੰਦਪੁਰ ਸਾਹਿਬ ਦੇ ਕਿਲੇ ਕਿੱਥੇ ਨੇ, ਦਰਸ਼ਨੀ ਡਿਊੜੀਆਂ ਕਿੱਥੇ ਨੇ, ਬੁੰਗੇ ਕਿੱਥੇ ਨੇ, ਅਸੀਂ ਕੀ ਜਵਾਬ ਦੇਵਾਂਗੇ, ਸਾਡੇ ਕੋਲ ਕੀ ਜਵਾਬ ਹੋਊਗਾ, ਕੀ ਸਾਡੇ ਕੋਲ ਦਿਖਾਉਣ ਨੂੰ ਹੋਊਗਾ। ਉਹ ਲੋਕਾਂ ਕੋਲ 10-10 ਹਜ਼ਾਰ ਸਾਲ ਪੁਰਾਣਾ ਇਤਿਹਾਸ ਸਾਂਭਿਆ ਪਿਆ ਦੁਨੀਆ ਕੋਲ ਆਪਣਾ, ਇੱਕ ਇੱਟ ਵੀ ਮਿਲੀ ਆ ਉਹ ਵੀ ਸਾਂਭੀ ਬੈਠੇ ਆ ਅਜਾਇਬ ਘਰਾਂ ਦੇ ਵਿੱਚ, ਅਸੀਂ ਤਾਂ ਯਾਰ ਸ਼ਰੇਆਮ ਮਟਾ ਰਹੇ ਹਾਂ ਭਰਾਵਾ। ਅਸੀਂ ਤਾਂ ਮੈਂ ਤਾਂ ਦੇਖ ਲਿਆ ਹਿਸਾਬ ਕਿਤਾਬ ਆਪਣੇ ਲੋਕਾਂ ਦਾ, ਅੱਖਾਂ ਆਹ ਸਾਡੀਆਂ ਦੋਨੇ ਮੀਚੀਆਂ ਹੁੰਦੀਆਂ, ਅਸੀਂ ਗੁਰਦੁਆਰੇ ਗਏ 50 ਰੁਪਏ ਮੱਥਾ ਟੇਕਿਆ ਵਾਪਸ ਆ ਗਏ। ਤੀਜੀ ਅੱਖ ਖੋਲ੍ਹਣ ਦੀ ਲੋੜ ਆ, ਦਿਮਾਗ ਦੀ ਅੱਖ ਖੋਲ੍ਹੋ। ਕੌਮਾਂ ਇਤਿਹਾਸ ਦੇ ਸਿਰ 'ਤੇ ਜਾਂਦੀਆਂ ਨੇ, ਜਿਨ੍ਹਾਂ ਕੌਮਾਂ ਦਾ ਇਤਿਹਾਸ ਮਲੀਆ ਮੇਟ ਕਰ ਦਿੱਤਾ ਜਾਂਦਾ, ਖਤਮ ਤਬਾਹ ਕਰ ਦਿੱਤਾ ਜਾਂਦਾ, ਉਹ ਕੌਮਾਂ ਖਤਮ ਹੋ ਜਾਂਦੀਆਂ, ਉਹਨਾਂ ਕੌਮਾਂ ਦਾ ਵਜੂਦ ਹੀ ਖਤਮ ਹੋ ਜਾਂਦਾ ਹੈ। ਅਤੇ ਉਮੀਦ ਕਰਦਾ ਕਿ ਜੋ ਗੱਲਾਂ ਲੱਖਾ ਸਿਧਾਣਾ ਨੇ ਕਹੀਆਂ ਤੁਸੀਂ ਵੀ ਬਾਖੂਬੀ ਇੱਕ ਇੱਕ ਗੱਲ ਧਿਆਨ ਨਾਲ ਸੁਣ ਰਹੇ ਹੋਏ, ਕਿਉਂਕਿ ਸਿਰਫ ਇੱਕ ਜਾਂ ਦੋ ਜਾਣੇ ਦੇ ਹੁੰਗਾਰ ਭਰਨ ਦੇ ਨਾਲ ਇਹ ਚੀਜ਼ਾਂ ਹੱਲ ਨਹੀਂ ਹੋਣੀਆਂ, ਹਰ ਕਿਸੇ ਨੂੰ ਅਵੇਅਰ ਹੋਣਾ ਪੈਣਾ। ਇਹ ਕੁਝ ਕੌਮ ਦੇ ਉਹ ਮਸਲੇ ਨੇ ਜਿਨ੍ਹਾਂ ਦੇ ਬਾਰੇ ਅਗਰ ਅੱਜ ਤੁਸੀਂ ਚਿੰਤਾ ਨਹੀਂ ਕੀਤੀ, ਜਿਨ੍ਹਾਂ ਦੇ ਬਾਰੇ ਅੱਜ ਤੁਸੀਂ ਅਗਰ ਚਿੰਤਨ ਨਹੀਂ ਕੀਤਾ, ਤਾਂ ਕੱਲ੍ਹ ਆਉਣ ਵਾਲਾ ਤੁਹਾਡਾ ਜਿਹੜਾ ਸਮਾਂ ਹੋਏਗਾ ਜਾਂ ਤੁਹਾਡੀਆਂ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਨਵੀਆਂ ਪਨੀਰੀਆਂ ਹੋਣਗੀਆਂ, ਉਹਨਾਂ ਦਾ ਵਜੂਦ ਕੀ ਹੋਏਗਾ ਉਹ ਉਹਨਾਂ ਨੂੰ ਆਪ ਵੀ ਨਹੀਂ ਪਤਾ ਹੋਏਗਾ। ਹੁਣ ਗੱਲ ਕਰਦੇ ਹਾਂ 2019 ਦੀਆਂ ਲੋਕ ਸਭਾ ਚੋਣਾਂ ਦੀ। ਚੋਣ ਮੈਦਾਨ ਭਖਿਆ ਹੋਇਆ, ਇੱਕ ਪਾਸੇ ਗਿਆਸਪੁਰਾ ਵਰਗੇ ਅਤੇ ਬੀਬੀ ਖਾਲਰਾ ਵਰਗੇ ਅਜਿਹੇ ਸ਼ਖਸੀਅਤਾਂ ਨੇ ਮੈਦਾਨ ਦੇ ਵਿੱਚ ਜਿਨ੍ਹਾਂ ਨੇ ਕੌਮ ਨੂੰ ਬਹੁਤ ਕੁਝ ਦਿੱਤਾ ਹੈ, ਅਤੇ ਇੱਕ ਪਾਸੇ ਬੀਬੀ ਜਗੀਰ ਕੌਰ ਵਰਗੀਆਂ ਸ਼ਖਸੀਅਤਾਂ ਵੀ ਬਰਾਬਰ ਖੜੀਆਂ ਕੀਤੀਆਂ ਗਈਆਂ ਨੇ। ਕੀ ਕਹੋਗੇ ਕਿ ਚੋਣ ਮੈਦਾਨ ਦੇ ਵਿੱਚ ਇਸ ਵਾਰ ਤੁਹਾਨੂੰ ਤੀਜਾ ਬਦਲ ਤਾਂ ਖੈਰ ਪੰਜਾਬ ਨੂੰ ਜਿਹੜਾ ਚਾਹੀਦਾ ਸੀਗਾ ਉਹ ਅਲੱਗ ਅਲੱਗ ਧਿਰਾਂ ਹੋਣ ਕਰਕੇ ਪੋਸੀਬਲ ਨਹੀਂ ਲੱਗਦਾ, ਫਾਇਦਾ ਕਿਤੇ ਨਾ ਕਿਤੇ ਰਵਾਇਤੀ ਪਾਰਟੀਆਂ ਨੂੰ ਜਾਂਦਾ ਹੋਇਆ ਨਜ਼ਰ ਆ ਰਿਹਾ, ਪਰ ਫਿਰ ਵੀ ਕੀ ਕਹੋਗੇ? ਇਸ ਤੋਂ ਪਹਿਲਾਂ ਵੀਰ ਮੈਂ ਗੱਲ ਕਹਿਣੀ ਪਹਿਲਾਂ ਭੁੱਲ ਗਿਆ ਸੀ, ਮੈਂ ਤੁਹਾਡੇ ਚੈਨਲ ਰਾਹੀਂ ਇੱਕ ਕੌਮ ਨੂੰ ਇੱਕ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਹੁਣ ਨੂਰ ਮਹਿਲ ਦੇ ਪਿੰਡਾਂ 'ਚ ਤੁਰ ਪਏ ਆ, ਸਾਡੇ ਰੌਲਾ ਪਿਆ ਬਠਿੰਡੇ ਜ਼ਿਲ੍ਹੇ ਦੇ ਵਿੱਚ ਦੋ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਉਹਨਾਂ ਦਾ ਵਿਰੋਧ ਕੀਤਾ ਅਤੇ ਉਹਨਾਂ ਨੇ ਜਿਹੜੇ ਸਮਾਗਮ ਆ ਉਹ ਰੱਦ ਕਰਾਏ ਗਿਆ। ਉਹ ਹੁਣ ਇੱਕ ਕਾਰਡ ਛਪਾਉਂਦੇ ਆ ਪਿੰਡਾਂ 'ਚੋਂ ਫੰਡ ਇਕੱਠਾ ਕਰਦੇ ਨੇ, ਗੁਰਬਾਣੀ ਕੀਰਤਨ ਵਿਚਾਰ ਲਿਖ ਕੇ ਕਾਰਡ ਛਪਾ ਕੇ ਪਿੰਡਾਂ 'ਚ ਵੰਡ ਦਿੱਤਾ ਜਾਂਦਾ। ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੌਣ ਹੈ, ਪਰ ਉਹਨਾਂ ਦਾ ਜਿਹੜਾ ਏਜੰਡਾ ਲੁਕਮਾ ਹੈ ਉਹ ਲੋਕਾਂ ਨੂੰ ਸਮਝ ਨਹੀਂ ਪੈਂਦਾ। ਲੋਕਾਂ ਨੂੰ ਐਂ ਲੱਗ ਰਿਹਾ ਕਿ ਗੁਰਬਾਣੀ ਦੀਆਂ ਹੀ ਵਿਚਾਰਾਂ ਕੋਈ ਹੋਣੀਆਂ ਨੇ, ਪਰ ਉਹਨਾਂ ਦੇ ਆਪਣੇ ਏਜੰਡੇ ਨੇ। ਮੈਂ ਕਹਿੰਦਾ ਅਸੀਂ ਵੀ ਇਹੀ ਕੀਤਾ ਕਿ ਜਦੋਂ ਅਸੀਂ ਕਾਰਡ ਪੜ੍ਹਿਆ, ਸਾਡੇ ਕੋਲ ਕਾਰਡ ਆਇਆ, ਅਸੀਂ ਫੋਨ ਕੀਤਾ ਵੀ ਭਾਈ ਕਿਹੜਾ ਜਥਾ ਆ ਰਿਹਾ ਇੱਥੇ ਗੁਰਬਾਣੀ ਪ੍ਰਚਾਰ ਕੀਰਤਨ ਕਰਨ ਆ ਰਿਹਾ, ਜਿਹੜਾ ਵਿਚਾਰਾਂ ਹੋਣੀਆਂ ਨੇ, ਤਾਂ ਉਹ ਪਹਿਲਾਂ ਮੰਨੇ ਨਹੀਂ, ਪਰ ਹੌਲੀ ਹੌਲੀ ਮੰਨ ਗਏ ਵੀ ਅਸੀਂ ਨੂਰ ਮਹਿਲ ਗਏ ਹਾਂ। ਅਸੀਂ DSP SHO ਕੋਲ ਗਏ, ਉਹ ਉਹਨਾਂ ਦੀ ਬੋਲੀ ਬੋਲਦੇ ਸੀ ਕਿ ਤਾਂ ਹੋਊਗਾ, ਪਰ SSP ਕੋਲ ਜਾ ਕੇ ਅਰਜ਼ੀ ਦਿੱਤੀ ਵੀ ਜੇ ਹੋਊਗਾ ਤਾਂ ਇੱਥੇ ਕੋਈ ਨਾ ਕੋਈ ਕੰਮ ਖੜਾ ਹੋਊਗਾ, ਫਿਰ ਇਹ ਨਾ ਆਖਿਓ ਵੀ ਅਸੀਂ ਜ਼ਿੰਮੇਵਾਰ ਤੁਸੀਂ ਹੋਵੋਗੇ, ਹਾਲਾਤ ਵਿਗੜਨਗੇ ਇੱਥੇ। ਚਲੋ ਉਹਨਾਂ ਨੇ ਰੱਦ ਕਰਾ ਤੇ,
ਤੇ ਉਦੋਂ ਬਾਅਦ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਯਾਰ ਜਦੋਂ ਵੀ ਕਿਸੇ ਵੀ ਪਿੰਡ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਸਮਾਗਮ ਹੁੰਦਾ ਤਾਂ ਉੱਥੇ ਮੈਂ ਇਹ ਅਪੀਲ ਕਰਦਾ ਸੰਗਤ ਨੂੰ ਵੀ ਉੱਥੇ ਇਹ ਘੱਟੋ ਘੱਟ ਪਤਾ ਕਰ ਲਿਆ ਕਰੋ ਵੀ ਇਹ ਸਮਾਗਮ ਕਰਾਉਣ ਵਾਲਾ ਕੌਣ ਹੈ, ਇਹਦੇ ਪਿੱਛੇ ਕੌਣ ਹੈ। ਕਿਉਂਕਿ ਸਰਸੇ ਵਾਲਾ ਵੀ ਐਂ ਚੱਲਿਆ ਸੀ ਸਾਧ, ਹੁਣ ਨੂਰ ਮਹਿਲ ਕੇ ਚੱਲ ਪਏ, ਕਿਉਂਕਿ ਇਹ ਹਮਲੇ ਨੇ ਸਾਡੇ 'ਤੇ, ਗੁੱਝੇ ਹਮਲੇ ਨੇ ਸਾਨੂੰ ਪਤਾ ਨਹੀਂ ਲੱਗ ਰਿਹਾ। ਦੂਜੀ ਗੱਲ ਤੁਸੀਂ ਕੀਤੀ ਆ ਕਿ ਵੋਟਾਂ ਦੀਆਂ ਆ ਗਈਆਂ 2019 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ, ਸੋ ਬਿਲਕੁਲ ਤੁਹਾਡੀ ਗੱਲ ਸਹਿਮਤ ਹਾਂ ਮੈਂ ਕਿ ਤੀਜਾ ਜਿਹੜਾ ਫਰੰਟ ਹੈ ਤੀਜੀ ਧਿਰ ਦੇ ਤਾਂ ਪੈਰ ਲੱਗਣੇ ਨਹੀਂ, ਕਿਉਂਕਿ ਹਰ ਇੱਕ ਨੇ ਆਪੋ ਆਪਣੇ ਬੰਦੇ ਖੜ੍ਹੇ ਕਰ ਲਏ ਆ, ਠੀਕ ਹੈ ਨਾ। ਕੁਛ ਨੇ ਤਾਂ ਇਹਨਾਂ ਨਾਲ ਰਲ ਕੇ ਖੜ੍ਹੇ ਹੋ ਗਏ ਆ, ਅਕਾਲੀਆਂ ਨਾਲ ਕੋਈ ਰਲ ਕੇ ਖੜ੍ਹਾ ਹੋ ਗਿਆ, ਕਾਂਗਰਸੀਆਂ ਨਾਲ ਰਲ ਕੇ ਖੜ੍ਹਾ ਹੋ ਗਿਆ, ਕਿਉਂਕਿ ਇਹਨਾਂ ਨੂੰ ਫਾਇਦਾ ਪਹੁੰਚਾਉਣਾ। ਸੋ ਮੈਂ ਇਹੀ ਅਪੀਲ ਕਰਦਾ ਕਿ ਬੀਬੀ ਜਿਹੜੀ ਪਰਮਜੀਤ ਕੌਰ ਖਾਲੜਾ ਖਨੂਰ ਸਾਹਿਬ ਤੋਂ ਖੜ੍ਹੇ ਨੇ, ਗਿਆਸਪੁਰਾ ਫਤਿਹਗੜ੍ਹ ਸਾਹਿਬ ਤੋਂ ਖੜ੍ਹੇ ਨੇ, ਇਹਨਾਂ ਦੀ ਬਿਲਕੁਲ ਬਹੁਤ ਵੱਡੀ ਦੇਣ ਹੈ। ਜਿਸ ਸੰਬੰਧ 'ਚ ਖਾਲੜਾ ਦੀ ਆਪਾਂ ਗੱਲ ਕਰਕੇ ਜਾਂ ਗਿਆਸਪੁਰੇ ਦੀ ਆਪਾਂ ਗੱਲ ਕਰਕੇ, ਹੋਣ 'ਚ ਲੜਕਾਂਡ ਦੀ ਗੱਲ ਕਰਕੇ ਤਾਂ ਗਿਆਸਪੁਰੇ ਦਾ ਬਹੁਤ ਵੱਡਾ ਉੱਥੇ ਰੋਲ ਰਿਹਾ। ਸੋ ਤਾਂ ਮੈਂ ਕਹਿੰਦਾ ਇਹ ਜੇ ਦੋ ਬੰਦੇ ਜਿੱਤ ਕੇ ਸਾਡੇ ਪਾਰਲੀਮੈਂਟ ਦੇ ਵਿੱਚ ਜਾਂਦੇ ਆ ਤਾਂ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ, ਕਿਉਂਕਿ ਆਮ ਤੌਰ 'ਤੇ ਜਿਹੜੇ ਇੱਥੋਂ ਜਿੱਤੇ ਹੋਏ ਲੋਕ ਨੇ ਜਾਂ ਜਿੱਤ ਕੇ ਜਾਂਦੇ ਨੇ, ਸ਼ੰਭੂ ਬਾਰਡਰ ਟੱਪਦੇ ਹੀ ਪੰਜਾਬ ਨੂੰ ਕੌਮ ਦੇ ਪੰਥ ਦੇ ਮਸਲੇ ਭੁੱਲ ਜਾਂਦੇ ਨੇ। ਸੋ ਇਹ ਜੇ ਬੰਦੇ ਜਿੱਤ ਕੇ ਜਾਣਗੇ ਘੱਟੋ ਘੱਟ ਸਾਡੀ ਪਾਰਲੀਮੈਂਟ ਦੇ ਵਿੱਚ ਸਾਡੀ ਆਵਾਜ਼ ਜਿਹੜੀ ਗੂੰਜੂਗੀ, ਸਾਡੇ ਪੰਥ ਦੀ, ਸਾਡੀ ਕੌਮ ਦਾ ਜਿਹੜਾ ਦਰਦ ਹੈ, ਇਹ ਲੋਕ ਉੱਥੇ ਜਾ ਕੇ ਰੱਖਣਗੇ ਸਾਡੀਆਂ ਕੀ ਮੰਗਾਂ ਨੇ, ਸਾਡੇ ਕੀ ਹੱਕ ਨੇ। ਤਾਂ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਯਾਰ ਪਾਰਟੀਆਂ ਤੋਂ ਉੱਪਰ ਉੱਠ ਕੇ ਹੀ ਦੇਖ ਲਿਆ ਬਾਦਲਾਂ ਨੇ ਸਾਡਾ ਕੀ ਨੁਕਸਾਨ ਕੀਤਾ, ਕਾਂਗਰਸੀਆਂ ਨੇ ਸਾਡਾ ਕੀ ਨੁਕਸਾਨ ਕੀਤਾ, ਪਰ ਮੈਂ ਇੱਕ ਦੇਖ ਰਿਹਾ ਕਿ ਅੱਜ ਜ਼ਮੀਰਾਂ ਮਰ ਗਈਆਂ ਸਾਡੇ ਲੋਕਾਂ ਦੀਆਂ। 4 ਦਿਨ ਪਹਿਲਾਂ ਜੰਡਾਂ ਵਾਲਾ ਪਿੰਡ ਹੈ ਮੇਰੇ ਜ਼ਿਲ੍ਹੇ ਦੇ ਵਿੱਚ, ਮਜੀਠੀਆ ਆਇਆ ਉੱਥੇ, ਉਸ ਮਜੀਠੀਆ ਦੇ ਕੱਟ 'ਚ ਮੈਂ ਉਹਨਾਂ ਬੰਦਿਆਂ ਨੂੰ ਬੈਠਿਆਂ ਨੂੰ ਦੇਖ ਰਿਹਾ ਸੀਗਾ। ਮੈਂ ਕਿਸੇ ਮੁੰਡੇ ਦੀ ਡਿਊਟੀ ਲਾਈ, ਮੈਂ ਬੰਦੇ ਦੇਖੀ ਕਿਹੜੇ ਚੈੱਕ ਕਰੀ, ਕਿਹੜੇ ਕਿਹੜੇ ਬੈਠੇ ਆ, ਜਿਹੜੇ ਬੰਦੇ ਟਰਾਲੀਆਂ ਭਰ ਕੇ ਜਾਂਦੇ ਹੁੰਦੇ ਸੀ ਬਰਗਾੜੀ ਮੋਰਚੇ ਦੇ ਵਿੱਚ, ਗਾਤਰੇ ਪਾਏ ਹੋਏ ਨੇ, ਦਾੜੇ ਰੱਖੇ ਹੋਏ ਨੇ, ਕੇਸ ਰੱਖੇ ਹੋਏ ਨੇ, ਯਾਰ ਬਹੁਤ ਛੇਤੀ ਭੁੱਲ ਗਏ ਬੇਅਦਬੀ ਨੂੰ। ਅਸੀਂ ਐਡੇ ਅਸੀਂ ਕਿਰਤ ਘਾਣਾ, ਅਸੀਂ ਐਂ ਗੁਰੂ ਤੋਂ ਮੁੱਖ ਮੋੜ ਲੈਂਦੇ ਹਾਂ ਯਾਰ, ਜਿੰਨਾ ਜਿਹੜੇ ਗੁਰੂਆਂ ਨੇ ਸਾਡੀ ਖਾਤਰ ਸਾਰਾ ਕੁਛ ਹੀ ਵਾਰਤਾ, ਕੁਛ ਵੀ ਲੁਕੋ ਕੇ ਨਹੀਂ ਰੱਖਿਆ, ਪਤੰਦਰੋਂ ਅਸੀਂ ਤਾਂ ਕੁਛ ਵੀ ਉਹਨਾਂ ਲਈ ਕਰ ਨਹੀਂ ਰਹੇ। ਚਲੋ ਕਰਨਾ ਕਰਾਉਣਾ ਤਾਂ ਦੂਰ ਦੀ ਗੱਲ ਹੈ, ਘੱਟੋ ਘੱਟ ਉਹਨਾਂ ਲੋਕਾਂ ਨੂੰ ਸਬਕ ਸਿਖਾ ਦਿਓ। ਮੈਂ ਇਹ ਨਹੀਂ ਕਹਿੰਦਾ ਕਿ ਹਥਿਆਰ ਚੱਕ ਕੇ ਮਾਰ ਦਿਓ, ਇੱਕ ਵੋਟ ਪਰਚੀ ਰਾਹੀਂ ਤਾਂ ਘੱਟੋ ਘੱਟ ਇੰਨੀ ਕੁ ਤਾਂ ਅਣਖ ਰੜਕ ਰੱਖ ਲਓ, ਉਹਦਾ ਤੁਸੀਂ ਕਰ ਹੀ ਸਕਦੇ ਹੋ, ਤਾਂ ਲੁੱਕ ਕੇ ਪਾਉਣੀਆਂ ਵੋਟ ਤਾਂ ਆਪਾਂ ਪਰਦੇ 'ਚ ਪਾਉਣੀਆਂ, ਕਿਹੜਾ ਸ਼ਰੇਆਮ ਪਾਉਣੀ ਹੈ, ਉੱਚਾ ਘੱਟੋ ਘੱਟ ਮਾੜੀ ਮੋਟੀ ਸ਼ਰਮ ਕਰ ਲਓ ਯਾਰ। ਇਹੋ ਜਿਹਾ ਹਾਲ ਵੀਰ ਕੌਮ ਦਾ ਐਡਾ ਮਾੜਾ ਹੋਇਆ ਪਿਆ, ਪਰ ਦੋਸ਼ੀ ਮੈਂ ਫਿਰ ਕਹਿੰਦਾ ਸਾਡੇ ਆਗੂ ਲੋਕ ਨੇ, ਸਾਡੇ ਅੱਗੇ ਲੱਗੇ ਹੋਏ ਲੋਕ ਨੇ, ਚਾਹੇ ਧਾਰਮਿਕ ਪ੍ਰਚਾਰਕ ਹੈ, ਉਹ ਆਪਦੀਆਂ ਢੋਲਕੀਆਂ ਕੁੱਟ ਛੱਡਦੇ, ਆਪਦੀ ਦੁਕਾਨਦਾਰੀ ਚਲਾਈ ਜਾਂਦੇ ਆ, ਠੀਕ ਹੈ ਨਾ। ਮੀਰੀ ਅਤੇ ਪੀਰੀ ਦਾ ਸਿਧਾਂਤ ਦਿੱਤਾ ਗਿਆ ਕੌਮ ਨੂੰ, ਤੁਸੀਂ ਮੈਨੂੰ ਇੱਕ ਅੱਧੇ ਨੂੰ ਛੱਡ ਕੇ ਕੋਈ ਪ੍ਰਚਾਰਕ ਇਹੋ ਜਿਹਾ ਦੱਸ ਦਿਓ ਜਿਹੜਾ ਨਾਲ ਮੀਰੀ ਪੀਰੀ ਦੋਨਾਂ ਦੀ ਗੱਲ ਕਰਦਾ। ਇਕੱਲੀ ਹੱਥਾਂ 'ਚ ਮਾਲਾ ਫੜ ਕੇ ਵਹਿਗਰੂ ਵਹਿਗਰੂ ਕਰਨਾ ਨਹੀਂ ਨਾ ਗੱਲਾਂ ਬਣਨੀਆਂ, ਘੱਟੋ ਘੱਟ ਅਸੀਂ ਆਪਣੇ ਹੱਕਾਂ ਲਈ ਕਿੱਥੇ ਆਵਾਜ਼ ਬੁਲੰਦ ਕਰਾਂਗੇ, ਕਿੱਥੇ ਜ਼ੁਲਮ ਦੇ ਖਿਲਾਫ਼ ਅਸੀਂ ਡੱਟ ਕੇ ਖੜਾਂਗੇ। ਕਿਹੜਾ ਸਾਨੂੰ ਪ੍ਰਚਾਰਕ ਦੱਸ ਰਿਹਾ, ਕਿਹੜੀ ਕੌਮ ਨੂੰ ਸਾਡਾ ਦੱਸ ਰਿਹਾ, ਕਿਹੜੇ ਨੌਜਵਾਨਾਂ ਨੂੰ ਇਹ ਸੇਧ ਦੇ ਰਹੇ ਨੇ। ਇਹਦਾ ਕਹਿੰਦਾ ਜੀ ਬਸ ਬੈਠੇ ਰਹੋ, ਵਹਿਗਰੂ ਵਹਿਗਰੂ ਕਰਿਓ, ਗਾਂਧੀ ਵਾਲੀ ਗੱਲ ਹੈ ਵੀ ਇੱਕ ਪਾਸੇ ਕੋਈ ਥੱਪੜ ਮਾਰੇ ਦੂਜੇ ਪਾਸੇ ਮੂੰਹ ਕਰ ਦਿਓ, ਇਹ ਨਹੀਂ ਕਹਿੰਦੇ ਵੀ ਇਹ ਕੋਈ ਥੱਪੜ ਮਾਰੇ ਸਾਲ ਦਾ ਗਲ ਲਾ ਦਿਓ। ਇਹ ਜਜ਼ਬਾ, ਇਹ ਜਨੂੰਨ ਮਰ ਰਿਹਾ ਕੌਮ ਦੇ ਵਿੱਚ, ਇਹ ਪੈਦਾ ਕਰਨਾ ਪੈਣਾ। ਗੱਲ ਉੱਥੇ ਆ ਜਾਂਦੀ ਹੈ ਕਿ ਸਾਡੇ ਅੰਦਰ ਕੀ ਕੁਝ ਹੈ ਅਤੇ ਅਸੀਂ ਕਿਹੜੀਆਂ ਪ੍ਰਾਪਤੀਆਂ ਕਰਨੀਆਂ ਨੇ। ਸਾਨੂੰ ਜਿੱਦਾਂ ਤੋਰ ਦਿੱਤਾ ਜਾਂਦਾ, ਸਾਨੂੰ ਜਿੱਦਾਂ ਗਾਈਡ ਕਰ ਦਿੱਤਾ ਜਾਂਦਾ, ਅਸੀਂ ਉਸੇ ਹਜ਼ੂਮ ਦੇ ਨਾਲ ਉਸੇ ਤਰੀਕੇ ਨਾਲ ਤੁਰਨਾ ਸ਼ੁਰੂ ਕਰ ਦਿੰਦੇ ਹਾਂ ਬਜਾਏ ਅੰਜਾਮ ਸੋਚੇ। ਜਿੱਦਾਂ ਸਰਦਾਰਾਂ ਜੀ ਨੇ ਦੱਸਿਆ ਕਿ ਬਰਗਾੜੀ ਇਨਸਾਫ਼ ਮੋਰਚੇ ਦੀ ਫਰੰਟ ਲਾਈਨ ਦੇ ਉੱਤੇ ਜਿਹੜੇ ਸਿੰਘ ਬਾਣੀ ਬਾਣੇ ਦੇ ਧਾਰਨੀ ਬੈਠੇ ਹੁੰਦੇ ਸੀਗੇ, ਮਾਫ਼ ਕਰਨਾ, ਮੈਂ ਕਹਾਂਗਾ ਤੁਸੀਂ ਮੇਰੇ ਨਾਲ ਬਹੁਤ ਜਾਣੇ ਦੀਆਂ ਇੰਟਰਵਿਊਜ਼ ਦੇਖੀਆਂ ਹੋਣਗੀਆਂ, ਜਿਹੜੇ ਗੁਰਸਿੱਖ ਨੇ, ਅੰਮ੍ਰਿਤਧਾਰੀ ਨੇ, ਬਾਣੀ ਬਾਣੀ ਦੇ ਧਾਰਨੀ ਨੇ, ਬਹੁਤ ਚੰਗੀਆਂ ਚੰਗੀਆਂ ਸ਼ਖਸੀਅਤਾਂ ਵੀ ਤੁਸੀਂ ਦੇਖੀਆਂ ਨੇ ਮੇਰੇ ਨਾਲ, ਪਰ ਸੱਚਾਈ ਜਿਹੜੀ ਹੁੰਦੀ ਹੈ ਸ਼ਬਦਾਂ ਦੇ ਵਿੱਚ ਉਹ ਤੁਹਾਡੀ ਰੂਹ ਤੱਕ ਸਿੱਧੀ ਪਹੁੰਚਦੀ ਹੈ, ਅਤੇ ਕਿਤੇ ਨਾ ਕਿਤੇ ਸਧਾਰਨ ਦੀ ਆਵਾਜ਼ ਦੇ ਵਿੱਚ ਉਹ ਸੱਚਾਈ ਹੈ।
ਉਹ ਦਰਦ ਹੈ ਪੰਜਾਬ ਪੰਜਾਬੀ ਪੰਜਾਬੀਅਤ ਵਾਸਤੇ ਜੋ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਹੋਣਾ ਚਾਹੀਦਾ ਜੋ ਪੰਜਾਬ ਤੋਂ ਬਿਲੋਂਗ ਕਰਦਾ ਜਾਂ ਪੰਜਾਬ ਦੀ ਮਿੱਟੀ ਨਾਲ ਪਿਆਰ ਕਰਦਾ ਹੈ ਕਿਉਂਕਿ ਅੱਜ ਪੰਜਾਬ ਜਿਸ ਕਗਾਰ ਦੇ ਉੱਤੇ ਖੜਿਆ ਹੈ ਉੱਥੇ ਪੰਜਾਬ ਦਾ ਵਜੂਦ ਜਿਹੜਾ ਹੈ ਉਹ ਮਿਟਣ ਵਾਲਾ ਆ। ਪੰਜਾਬ ਜ਼ਮੀਨ ਦੇ ਉੱਤੇ ਜ਼ਰੂਰ ਬਣਿਆ ਰਹੇਗਾ ਪਰ ਪੰਜਾਬ ਦੀ ਪੰਜਾਬੀਅਤ ਦਾ ਅਸਲ ਜਿਹੜਾ ਵਜੂਦ ਹੈ ਉਹ ਜਮ੍ਹਾਂ ਤਬਾਹ ਕਰ ਦਿੱਤਾ ਜਾ ਰਿਹਾ ਹੈ। ਨਸ਼ੇ ਇਸ ਹੱਦ ਤੱਕ ਵਾੜ ਦਿੱਤੇ ਗਏ ਨੇ ਪੰਜਾਬ ਦੀ ਜਵਾਨੀ ਦੇ ਅੰਦਰ ਕਿ ਅੱਜ ਜਵਾਨੀ ਉਸ ਕਗਾਰ ਦੇ ਉੱਤੇ ਆ ਕੇ ਖੜ ਗਈ ਹੈ, ਕੱਲ੍ਹ ਨੂੰ ਉਹ ਬੀਜ ਅੱਗੇ ਪਾ ਪਾਣਗੇ ਨਹੀਂ ਪਾ ਪਾਣਗੇ ਉਸ ਦਾ ਕੋਈ ਜਵਾਬ ਨਹੀਂ ਦੇ ਸਕਦੇ ਅਸੀਂ। ਪਰ ਹਾਂ, ਜੇਕਰ ਇਹਨਾਂ ਗੱਲਾਂ ਵੱਲ ਜੋ ਸਹੀ ਸਿੱਧੀਆਂ ਅਤੇ ਸੱਚੀਆਂ ਗੱਲਾਂ ਨੇ ਬਹੁਤ ਜਣਿਆਂ ਨੂੰ ਚੁੱਭ ਵੀ ਰਹੀਆਂ ਹੋਣਗੀਆਂ। ਅੱਗੇ ਮੈਂ 5 ਜਣਿਆਂ ਦੇ ਨਾਮ ਜਾਂ ਸਿਚੁਏਸ਼ਨਸ ਵੀ ਸਧਾਰਨ ਦੇਣ ਵਾਲਾ ਹਾਂ, ਉਸ ਦੇ ਉੱਤੇ ਇਹਨਾਂ ਦੀ ਸਿੰਪਲ ਥਿੰਕਿੰਗ ਮੈਂ ਸੁਣਾਂਗਾ ਕਿ ਕੀ ਸੋਚਦੇ ਨੇ, ਬਾਇਫਲੋ ਕੋਣਾਂ ਦੇ ਮਾਇੰਡ ਦੇ ਵਿੱਚ ਕੀ ਆਉਂਦਾ ਉਸ ਦਿਨ ਉਸ ਨੂੰ ਲੈ ਕੇ। ਪਰ ਤੁਹਾਡਾ ਸਭ ਤੋਂ ਪਹਿਲਾ ਫਰਜ਼ ਇਹ ਬਣਦਾ ਹੈ ਕਿ ਸੱਚਾਈ ਦੇ ਨਾਲ ਆਪਣੇ ਦਿਲ ਦੀ ਆਵਾਜ਼ ਸੁਣੋ, ਪੰਜਾਬ ਪੰਜਾਬੀ ਪੰਜਾਬੀਅਤ ਵਾਸਤੇ ਕੁਝ ਥੋੜ੍ਹੀ ਜਿਹੀ ਸ਼ਰਮ ਰੱਖ ਕੇ ਕੰਮ ਕਰਨਾ ਸ਼ੁਰੂ ਕਰੋ। ਅਗਰ ਅਸੀਂ 3 ਟਾਈਮ 4 ਟਾਈਮ ਘਰ ਬਹਿ ਕੇ ਪਾਠ ਕਰਦੇ ਹਾਂ, ਪੂਜਾ ਕਰਦੇ ਹਾਂ, ਸਾਨੂੰ ਪਰਮਾਤਮਾ ਨੇ ਸਭ ਕੁਝ ਘਰ ਦੇ ਵਿੱਚ ਦਿੱਤਾ ਹੈ ਤਾਂ ਉਹ ਦਿਨ ਵੀ ਦੂਰ ਨਹੀਂ ਹੋਏਗਾ ਜਿੱਦਣ ਸਾਡੇ ਘਰ ਦੇ ਉੱਤੇ ਆ ਕੇ ਵੀ ਡਾਂਗਾ ਪੈਣੀਆਂ ਸ਼ੁਰੂ ਹੋ ਜਾਣਗੀਆਂ। ਇਸ ਕਰਕੇ ਅਗਰ ਆਂਢ ਗੁਆਂਢ ਦੇ ਵਿੱਚ ਜਾਂ ਕਿਸੇ ਦਾ ਬੱਚਾ ਮਾੜੇ ਕੁਰਾਹੇ ਪੈ ਰਿਹਾ ਹੈ, ਨਸ਼ੇ ਨੂੰ ਲੱਗਿਆ ਹੋਇਆ ਹੈ, ਤਾਂ ਸਾਡਾ ਫਰਜ਼ ਬਣਦਾ ਅਸੀਂ ਉਹਨੂੰ ਸੁਧਾਰਨ ਵਾਸਤੇ ਅੱਗੇ ਵਧੀਏ। 5 ਸਿਚੁਏਸ਼ਨਸ ਦੇਵਾਂਗਾ ਜਾਂ ਨਾਮ ਵੀ ਹੋ ਸਕਦੇ ਨੇ ਵਿੱਚ ਕਿਸੇ ਦੇ, ਜੋ ਵੀ ਚੀਜ਼ ਸਭ ਤੋਂ ਪਹਿਲਾਂ ਤੁਹਾਡੇ ਜ਼ਿਹਨ ਦੇ ਵਿੱਚ ਆਉਂਦੀ ਹੈ ਉਹ ਚੀਜ਼ ਤੁਸੀਂ ਬਿਆਨ ਕਰਨਾ। ਠੀਕ ਹੈ ਜੀ, ਸ਼੍ਰੀ ਅਕਾਲ ਤਖਤ ਸਾਹਿਬ। ਅਕਾਲ ਤਖਤ ਸਾਹਿਬ ਬਹੁਤ ਮਹਾਨ ਹੈ ਕੌਮ ਦੇ ਲਈ, ਅਤੇ ਮੈਂ ਕਹਿੰਦਾ ਜੇ ਸਾਡੀ ਕੌਮ ਦੀ ਕੋਈ ਗੱਲ ਚੱਲਣੀ ਹੈ, ਸਾਡੇ ਕੌਮ ਦੇ ਸਿਧਾਂਤਾਂ ਦੀ ਗੱਲ ਚੱਲਣੀ ਹੈ, ਸਾਡੇ ਕੌਮ ਦੇ ਹੱਕਾਂ ਦੀ ਗੱਲ ਚੱਲਣੀ ਹੈ, ਤਾਂ ਅਕਾਲ ਤਖਤ ਸਾਹਿਬ ਤੋਂ ਬਿਨਾਂ ਨਹੀਂ ਚੱਲ ਸਕਦੀ। ਸਾਡੀ ਕੌਮ ਦੇ ਅੱਗੇ ਸਭ ਤੋਂ ਵੱਡਾ ਸਵਾਲ ਇਹ ਅੱਜ ਖੜ੍ਹਾ ਕਿ ਉਸ ਅਕਾਲ ਤਖਤ ਨੂੰ ਅਸੀਂ ਮਸੰਦਾਂ ਕੋਲੋਂ, ਅਸੀਂ ਇਹ ਬਾਦਲਾਂ ਕੋਲੋਂ ਕਿਵੇਂ ਆਜ਼ਾਦ ਕਰਾਉਣਾ। ਜਦੋਂ ਆਜ਼ਾਦ ਹੋ ਗਿਆ ਉੱਥੋਂ ਫਿਰ ਸਾਡੀ ਜਿਹੜੀ ਆਵਾਜ਼ ਉੱਠੂਗੀ ਉਸ ਤੋਂ ਹੰਕਾਰ ਭਰੀ ਜਾਊਗੀ ਜਿਹੜੀ ਸਾਡੀ, ਉਹਨੇ ਫਿਰ ਦਿੱਲੀ ਨੂੰ ਹਿਲਾਉਣਾ। 25,000 ਲਵਾਰਿਸ ਲਾਸ਼ਾਂ ਦਾ ਵਾਰਿਸ ਜਸਵੰਤ ਸਿੰਘ ਖਾਲੜਾ, ਜਿਹੜਾ ਲਾਵਾਰਸ ਲਾਸ਼ਾਂ ਨੂੰ ਲੱਭਦਾ ਲੱਭਦਾ ਉਹਨਾਂ ਦੇ ਸਰਨਾਮੇ ਲੱਭਦਾ ਲੱਭਦਾ ਆਪ ਲਾਵਾਰਸ ਹੋ ਗਿਆ। ਕੌਮ ਨੂੰ ਇਹੀ ਬੇਨਤੀ ਆ, ਖੰਡੂਰ ਸਾਹਿਬ ਹਲਕੇ ਦੇ ਲੋਕਾਂ ਨੂੰ ਵੀ, ਪੂਰੇ ਪੰਜਾਬ ਦੇ ਲੋਕਾਂ ਨੂੰ ਵੀ ਅਰਜਾਓ, ਉੱਥੇ ਤੁਸੀਂ ਭਾਵੇਂ ਇਕੱਲੇ ਇਕੱਲੇ ਘਰੇ ਜਾ ਕੇ ਮਿੰਨਤਾਂ ਕਰੋ, ਲੋਕਾਂ ਨੂੰ ਦੱਸੋ ਸਮਝਾਓ, ਪਰ ਖਾਲੜਾ ਬੀਬੀ ਜਿੱਤਣੀ ਚਾਹੀਦੀ ਹੈ। ਰੈਫਰੈਂਡਮ 2020 ਖਾਲਿਸਤਾਨ, ਰੈਫਰੈਂਡਮ 2020 ਬਾਰੇ ਮੈਨੂੰ ਬਹੁਤਾ ਨਹੀਂ ਪਤਾ, ਕੌਣ ਕਰਾ ਰਹੇ ਨੇ, ਕਿਵੇਂ ਹੋਊਗਾ, ਜਿਹੜੀ ਗੱਲ ਦੀ ਮੈਨੂੰ ਜਾਣਕਾਰੀ ਨਹੀਂ ਹੁੰਦੀ ਮੈਂ ਉਸ ਬਾਰੇ ਕੋਈ ਕਿੰਤੂ ਨਹੀਂ ਕਰਨਾ ਚਾਹੁੰਦਾ। ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਦੋਨੇ ਹੀ ਬਹੁਤ ਵੱਡੇ ਗਦਾਰ ਪੰਜਾਬ ਦੇ, ਜਿਨ੍ਹਾਂ ਨੇ ਪੂਰਾ ਪੰਜਾਬ ਤਬਾਹ ਕੀਤਾ, ਪੂਰੀ ਕੌਮ ਨੂੰ ਤਬਾਹ ਕੀਤਾ, ਅਤੇ ਕੌਮ ਇਹਨਾਂ ਨੂੰ ਕਦੇ ਵੀ ਮਾਫ਼ ਨਹੀਂ ਕਰੂਗੀ, ਕਦੇ ਵੀ ਇਤਿਹਾਸ ਇਹਨਾਂ ਨੂੰ ਮਾਫ਼ ਨਹੀਂ ਕਰੂਗਾ। ਪੰਜਾਬ 'ਚ ਨਸ਼ਾ ਵੜਨ ਵਾਲਾ ਅਸਲ ਸੌਦਾਗਰ, ਪੰਜਾਬ 'ਚ ਨਸ਼ਾ ਵਾੜਨ ਵਾਲਾ ਸੌਦਾਗਰ ਹੈਗੀਆਂ ਏਜੰਸੀਆਂ, BJP RSS ਜਿੰਨੀਆਂ ਭਾਰਤੀ ਏਜੰਸੀਆਂ ਨੇ, ਕਿਉਂਕਿ ਮੈਂ ਜੇ ਤੁਹਾਡੇ ਸਾਹਮਣੇ ਖੜਾ ਮੈਂ ਕੌਮ ਦੇ ਹਿੱਤਾਂ ਦੀ ਗੱਲ ਕਰਦਾ, ਮੈਂ ਹੱਕਾਂ ਦੀ ਗੱਲ ਕਰਦਾ। ਜੇ ਮੈਂ ਨਸ਼ਾ ਕਰਨ ਵਾਲਾ ਹੁੰਦਾ, ਸਾਫ਼ ਜੀ ਉਦਾਹਰਨ ਹੈ, ਮੈਂ ਸ਼ੀਸ਼ੀਆਂ ਗੋਲੀਆਂ ਖਾਣ ਵਾਲਾ, ਮੈਂ ਚਿੱਟਾ ਪੀਣ ਵਾਲਾ ਹੁੰਦਾ, ਤਾਂ ਮੈਂ ਧਰਨਿਆਂ ਦੇ ਆ ਕੇ ਨਹੀਂ ਸੀ ਬੈਠਣਾ, ਮੈਂ ਕੌਮ ਦੇ ਹੱਕਾਂ ਦੀ ਗੱਲ ਨਹੀਂ ਸੀ ਕਰਨੀ। ਸੋ ਇਹ ਜਾਣਦੇ ਨੇ ਕਿ ਬਾਗੀ ਕੌਮ ਹੈ, ਜੁਝਾਰੂ ਕੌਮ ਹੈ, ਇਸ ਕੌਮ ਦੀ ਸੋਚ ਨੂੰ ਜੇ ਖੁੰਡਾ ਕਰਨਾ ਤਾਂ ਨਸ਼ੇ 'ਤੇ ਲਾ ਦਿਓ, ਜਾਣ ਬੁੱਝ ਕੇ ਸਾਜਿਸ਼ ਦੇ ਨਾਲ। ਜੇ ਜੇਲ੍ਹਾਂ ਦੀ ਮੈਂ ਗੱਲ ਕੀਤੀ ਸੀ, ਜੇਲ੍ਹਾਂ ਦੇ ਵਿੱਚ ਇੰਨਾ ਨਸ਼ਾ ਪਾਇਆ ਜਾਂਦਾ, ਇੰਨਾ ਨਸ਼ਾ ਕੀਤਾ ਜਾਂਦਾ, ਤਾਂ ਜਿਹੜੀਆਂ ਜੇਲ੍ਹਾਂ 'ਚ ਸੂਈ ਨਹੀਂ ਪਹੁੰਚ ਸਕਦੀ, ਐਡਾ ਵੱਡੀ ਗਿਣਤੀ ਦੇ ਵਿੱਚ, ਐਡੀ ਵੱਡੀ ਮਾਤਰਾ ਦੇ ਵਿੱਚ ਨਸ਼ਾ ਕਿਵੇਂ ਪਹੁੰਚ ਜਾਂਦਾ? ਇਹ ਸਾਰਾ ਕੁਝ ਪੂਰਾ ਪ੍ਰੀ ਪਲੈਨਡ ਹੈ, ਪੂਰਾ ਇੱਕ ਸਾਜਿਸ਼ ਹੈ ਕਿ ਜਿਹੜੀ ਸਾਡੀ ਜਵਾਨੀ ਹੈ ਨਸ਼ੇ 'ਤੇ ਲਾਓ, ਉਹਨੂੰ ਮਾਰੋ, ਨਸ਼ੇ ਕਰਕੇ ਨਪੁੰਸਕ ਹੋਊਗੀ ਸਾਡੀ ਜਵਾਨੀ, ਆਉਣ ਵਾਲੇ ਜਿਹੜੇ ਬੱਚੇ ਪੈਦਾ ਕਰਨ ਨੂੰ ਹਟ ਜੂਗੀ, ਕਿਉਂਕਿ ਜਨ ਸ਼ਕਤੀ ਸਾਡੀ ਜਿਹੜੀ ਨੌਜਵਾਨਾਂ ਦੀ ਉਹ ਨਸ਼ੇ ਕਰਕੇ ਘੱਟ ਰਹੀ ਹੈ। ਇਹ ਜੈਨੋਸਾਈਡ ਹੈ, ਇਹ ਨਸਲ ਕੁਸ਼ੀ ਹੈ ਸਾਡੀ, ਇਹ ਵੀ ਇਹ ਏਜੰਸੀਆਂ ਕਰਾ ਰਹੀਆਂ ਨੇ ਸਾਡੇ ਨਾਲ ਜੀ। ਲਾਸਟ ਬਟ ਨਾਟ ਦਾ ਲਿਸਟ, ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ, ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਸਾਡੀ ਕੌਮ ਦੇ ਉਹ ਮਹਾਨ ਹੀਰੋ ਨੇ,
ਉਹ ਯੋਧੇ ਨੇ, ਉਹ ਸੂਰਮੇ ਨੇ ਜਿਨ੍ਹਾਂ ਨੇ ਕੌਮ ਨੂੰ, ਕੌਮ ਦੇ ਵਿੱਚ ਇੱਕ ਮਨੋਬਲ ਉੱਚਾ ਕੀਤਾ ਕੌਮ ਦਾ। ਅਤੇ ਜੇ ਅੱਜ 40 ਸਾਲ 35 ਸਾਲ ਬਾਅਦ ਨੌਜਵਾਨਾਂ ਦੇ ਦਿਲਾਂ ਦੀ ਉਹ ਧੜਕਣ ਨੇ ਤਾਂ ਜੋ ਕਹਿਣੀ ਅਤੇ ਕਰਨੀ ਦੇ ਪੂਰੇ ਜੋ ਕਰਕੇ ਦਿਖਾ ਗਏ, ਠੀਕ ਆ। ਹੁਣ ਕੋਈ ਉਹਨਾਂ ਨੂੰ ਅੱਤਵਾਦੀ ਕਹਿ ਰਿਹਾ, ਕੋਈ ਵੱਖਵਾਦੀ ਕਹਿ ਰਿਹਾ, ਕੁਛ ਕਹਿ ਰਿਹਾ, ਪਰ ਮੈਂ ਉਹਨਾਂ ਦੀਆਂ ਸਾਰੀਆਂ ਸਪੀਚਾਂ ਪੜ੍ਹੀਆਂ ਨੇ, ਸੁਣੀਆਂ ਨੇ, ਜੋ ਵੀ ਉਹਨਾਂ ਨੇ ਬੋਲਿਆ, ਉਹਨਾਂ ਨੇ ਕਦੇ ਕੋਈ ਅੱਤਵਾਦ ਦੀ, ਕੋਈ ਵੱਖਵਾਦ ਦੀ ਨਹੀਂ ਗੱਲ ਕੀਤੀ, ਉਹਨਾਂ ਨੇ ਕੌਮ ਦੇ ਹੱਕਾਂ ਦੀ ਗੱਲ ਕੀਤੀ ਹੈ। ਅਸੀਂ ਵੀ ਅੱਜ ਹੱਕਾਂ ਦੀ ਗੱਲ ਕਰਦੇ ਹਾਂ ਕਿ ਜਿਹੜੇ ਹੱਕ ਸਾਡੇ ਨਾਲ 47 ਵਿੱਚ ਵਾਅਦੇ ਕਰਕੇ ਸਾਡੇ ਆਗੂਆਂ ਨੇ ਉਦੋਂ ਠੱਗੇ ਗਏ ਇਹਨਾਂ ਲੋਕਾਂ ਦੇ ਕੋਲੋਂ, ਉਹ ਹੱਕ ਅੱਜ ਵੀ ਕੌਮ ਮੰਗ ਰਹੀ ਹੈ। ਅੱਜ ਸਾਨੂੰ ਹੱਕ ਦੇਣ ਦੀ ਬਜਾਏ ਸਾਡੇ ਜ਼ੁਲਮ ਕੀਤਾ ਜਾਂਦਾ, ਸਾਨੂੰ ਫੜ ਫੜ ਕੇ ਜੇਲ੍ਹਾਂ 'ਚ ਧੱਕਿਆ ਜਾਂਦਾ, ਸਾਨੂੰ ਮਾਰਿਆ ਜਾਂਦਾ, ਸਮੇਂ ਸਮੇਂ 'ਤੇ ਸਾਡਾ ਕਤਲੇਆਮ ਕੀਤਾ ਜਾਂਦਾ, ਸਾਡੀ ਨਸਲਕੁਸ਼ੀ ਕੀਤੀ ਜਾਂਦੀ ਹੈ, ਕਿਉਂ ਹੋ ਰਿਹਾ? ਅੰਤ ਦੇ ਵਿੱਚ ਗੁਰਬਾਣੀ ਖੰਡਬਾਣੀ ਦੇਖ ਰਹੇ ਦੇਸ਼ ਵਿਦੇਸ਼ ਦੇ ਸੰਗਤਾਂ ਨੂੰ ਕੁਝ ਕਹਿਣਾ ਚਾਹੋਗੇ, ਕੋਈ ਮੈਸੇਜ ਦੇਣਾ ਚਾਹੋਗੇ? ਬਸ ਮੇਰਾ ਇੱਧਰਲਿਆਂ ਨੂੰ ਤਾਂ ਇਹੀ ਹੈ, ਪੰਜਾਬ ਵਾਲੇ ਜਿਹੜੇ ਤੁਹਾਨੂੰ ਸੁਣਨਗੇ ਦੇਖਣਗੇ, ਵੀ ਭਾਈ ਇਕੱਠੇ ਹੋ ਜਾਓ, ਦਿਲਾਂ 'ਚ ਦਰਦ ਇੱਕ ਤੜਫ ਪੈਦਾ ਕਰੋ, ਕੌਮ ਦੀ ਖਾਤਰ, ਪੰਜਾਬ ਦੀ ਖਾਤਰ, ਆਪਣੇ ਪੰਥ ਦੀ ਖਾਤਰ, ਆਪਣੀ ਆਉਣ ਵਾਲੀਆਂ ਨਸਲਾਂ ਦੀ ਖਾਤਰ। ਯਾਰ ਰਹਿਣਾ ਇੱਥੇ ਕਿਸੇ ਨੇ ਨਹੀਂ ਹੈਗਾ ਸਦਾ, ਕੋਈ 20 ਸਾਲ ਨੂੰ, ਕੋਈ 40 ਸਾਲ ਨੂੰ, ਕੋਈ 50 ਸਾਲ ਨੂੰ ਚਲਿਆ ਜਾਣਾ, ਪਰ ਜ਼ਿੰਦਗੀ ਜਿਉਣ ਦਾ, ਜ਼ਿੰਦਗੀ ਮਰਨ ਦਾ ਆਨੰਦ ਹੀ ਵੱਖਰਾ ਹੁੰਦਾ ਜਦੋਂ ਅਸੀਂ ਆਪਣੀ ਕੌਮ ਲਈ, ਆਪਣੇ ਸਮਾਜ ਲਈ, ਆਪਣੇ ਲੋਕਾਂ ਲਈ ਕੁਛ ਕਰਕੇ ਮਰ ਕੇ ਜਾਂਦੇ ਹਾਂ। ਇੰਨਾ ਨਾ ਯਾਰ, ਇੰਨੀਆਂ ਬੁਜ਼ਦਲੀ ਨਾ ਬਣੋ, ਇੰਨੇ ਬੁਜ਼ਦਲ ਨਾ ਬਣੋ, ਇੰਨਾ ਜ਼ਮੀਰਾਂ ਨੂੰ ਜੰਗ ਨਾ ਲਾਓ ਆਪਣੀਆਂ ਨੂੰ, ਕਿਉਂਕਿ ਜਿਹੜਾ ਬੰਦਾ ਕਹਿੰਦੇ ਹੁੰਦੇ ਆਪਣੀਆਂ ਨਜ਼ਰਾਂ 'ਚੋਂ ਡਿੱਗ ਜਾਂਦਾ, ਉਹ ਬੰਦਾ, ਜਿਵੇਂ ਸੰਤਾਂ ਨੇ ਵੀ ਕਿਹਾ ਸੀ ਵੀ ਮੈਂ ਜ਼ਮੀਰ ਦੇ ਮਰਦ ਨੂੰ ਮੌਤ ਗਿਣਦਾ, ਸਰੀਰ ਦੇ ਮਰਦ ਨੂੰ ਮੌਤ ਨਹੀਂ ਗਿਣਦਾ। ਸੋ ਪਰ ਅੱਜ ਸਾਡੀ, ਮੈਂ ਦੇਖਦਾ ਕਿ ਇਹ ਜਿੰਦਾ ਲਾਸ਼ਾਂ ਹੋਏ ਪਏ ਨੇ ਲੋਕ, ਜ਼ਮੀਰਾਂ ਜਮੂਰਾਂ ਅਣਖਾਂ ਅਣਖਾਂ ਮਰ ਗਈਆਂ, ਹਲੂਣਾ ਦਿਓ ਅਣਖਾਂ ਨੂੰ, ਜਗਾਓ ਯਾਰ, ਕੋਈ ਫਰਕ ਨਹੀਂ ਪੈਂਦਾ, ਅਸੀਂ ਕੱਲ੍ਹ ਨੂੰ ਜਾਂਦੇ ਹਾਂ ਕਿ ਪਰਸੋਂ ਜਾਂਦੇ ਹਾਂ ਇਸ ਦੁਨੀਆ ਤੋਂ। ਬਾਹਰਲੀ ਸੰਗਤ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ, ਇੱਕ ਤਾਂ ਉੱਥੇ ਆਪਣਾ ਭਰਾਵੋ, ਆਪਣੇ ਬੱਚਿਆਂ ਨੂੰ ਸਾਂਭਲੋ, ਆਪਣੇ ਬੱਚਿਆਂ ਨੂੰ, ਆਪਣੀ ਬੋਲੀ, ਆਪਣੇ ਵਿਰਸੇ, ਆਪਣੇ ਧਰਮ ਨਾਲ ਜੋੜ ਕੇ ਰੱਖੋ, ਕਿਉਂਕਿ ਅਸਲ ਪੂੰਜੀ ਸਾਡੀ ਉਹ ਹੀ ਹੈ। ਦੌਲਤ ਕਮਾ ਲਓਗੇ, ਕੋਠੀਆਂ, ਕਾਰਾਂ, ਮਹਿਲ ਖੜ੍ਹੇ ਕਰ ਲਓਗੇ, ਪਰ ਜੇ ਆਪਣੇ ਬੱਚੇ ਆਪਣੇ ਹੱਥਾਂ 'ਚੋਂ ਕੱਢ ਲਏ, ਆਪਣੇ ਇਤਿਹਾਸ, ਆਪਣੇ ਵਿਰਸੇ ਨਾਲੋਂ, ਆਪਣੀ ਬੋਲੀ ਨੂੰ ਤੋੜ ਲਏ, ਤਾਂ ਸਾਡੇ ਪੱਲੇ ਕੁਛ ਵੀ ਨਹੀਂ ਹੈਗਾ। ਕੰਮ ਘੱਟ ਕਰ ਲਓ, ਪਰ ਇਸ ਗੱਲ ਪਰ ਜ਼ਰੂਰ ਧਿਆਨ ਦਿਓ। ਦੂਜੀ ਮੈਂ ਉਹਨੂੰ ਗੱਲ ਕਹਿਣਾ ਚਾਹੁੰਦਾ, ਇੱਧਰ ਨੂੰ ਆਉਂਦੇ ਹੋ, ਲੀਡਰਾਂ ਨੂੰ ਪੈਸੇ ਦੇ ਜਾਂਦੇ ਹਾਂ ਵੀ ਆਹ ਲਓ ਜੀ, ਹੁਣ ਪਹਿਲਾਂ ਝਾੜੂ ਵਾਲਾ ਸੀਗਾ ਜੀ, ਹੁਣ ਕੋਈ ਦੂਜਾ ਤੀਜਾ ਆ ਗਿਆ ਜੀ, ਪੈਸੇ ਦੇ ਦਿਓ ਜੀ, ਇਹਨਾਂ ਨੂੰ ਜਿਤਾਓ ਜੀ, ਇੱਥੇ ਨਾ ਪੈਸੇ ਬਰਬਾਦ ਕਰੋ, ਇੱਥੇ ਹੋਰ ਕੰਮਾਂ 'ਚ ਪੈਸੇ ਨਾ ਬਰਬਾਦ ਕਰੋ। ਜੇ ਤੁਸੀਂ, ਮੈਂ ਚਾਹੁੰਦਾ ਤੁਸੀਂ ਬਾਹਰਲੇ ਮੁਲਕਾਂ ਵਾਲੇ ਇੱਕ ਟਰੱਸਟ ਬਣਾਓ ਆਪਦਾ, ਬਾਹਰਲੇ ਬੰਦੇ ਬਣਾਓ, ਇੱਧਰਲੇ ਬੰਦੇ ਨਾ ਪਾਓ ਵਿੱਚ, ਬਾਹਰਲੇ ਬੰਦੇ ਪਾਓ। ਇੱਥੇ ਇਸ ਤਰ੍ਹਾਂ ਦੇ ਸੈਂਟਰ ਖੁੱਲ੍ਹਣੇ ਚਾਹੀਦੇ ਨੇ, ਅਕੈਡਮੀਆਂ ਖੁੱਲ੍ਹਣੀਆਂ ਚਾਹੀਦੀਆਂ ਨੇ, ਜਿਨ੍ਹਾਂ ਦੇ ਵਿੱਚ ਸਾਡੇ IAS IPS ਦੀ ਟ੍ਰੇਨਿੰਗ ਹੋਵੇ, ਜਿਨ੍ਹਾਂ ਦੀ ਟ੍ਰੇਨਿੰਗ ਹੋਵੇ, ਫੌਜ 'ਚ ਭਰਤੀ ਹੋਣ ਲਈ ਟ੍ਰੇਨਿੰਗ ਹੋਵੇ, ਤਾਂ ਕਿ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਹੈ, ਜਿਹੜੇ ਕਿਸੇ ਟਾਈਮ 28% ਹੁੰਦਾ ਸੀ ਪੂਰੇ ਭਾਰਤ ਦੇ ਵਿੱਚ ਪੰਜਾਬੀ ਸਿੱਖ, ਅੱਜ ਉਹ 1% ਰਹਿ ਗਿਆ। 22 ਜ਼ਿਲ੍ਹਿਆਂ ਦੇ ਵਿੱਚੋਂ 15 ਜ਼ਿਲ੍ਹਿਆਂ ਦੇ ਵਿੱਚ DC ਬਾਹਰਲੇ ਸੂਬਿਆਂ ਦੇ ਲੱਗੇ ਹੋਏ ਨੇ, ਸਾਡੇ DC, ਸਾਡੇ ਕਮਿਸ਼ਨਰ, ਸਾਡੇ SSP ਲੱਗਣੀ ਹਟ ਗਏ, ਅਫਸਰ ਸ਼ਾਹੀ ਦੇ ਵਿੱਚੋਂ ਅਸੀਂ ਖਤਮ ਹੁੰਦੇ ਤੁਰੇ ਜਾਂਦੇ ਹਾਂ। ਉਹ ਚੀਜ਼ ਸਾਨੂੰ ਪੈਦਾ ਕਰਨ ਦੀ ਲੋੜ ਹੈ, ਜੱਜ ਪੈਦਾ ਕਰਨ ਦੀ ਸਾਨੂੰ ਲੋੜ ਹੈ, ਜਿਨ੍ਹਾਂ ਨੇ ਸਾਡੇ ਹੱਕਾਂ ਦੀ ਗੱਲ ਕਰਨੀ ਹੈ। ਹੁਣ ਜੱਜ ਹਾਈ ਕੋਰਟਾਂ ਦੀ ਗੱਲ ਕਰ ਗਏ, ਸੈਸ਼ਨ ਕੋਰਟਾਂ ਦੀ ਗੱਲ ਕਰ ਗਏ, ਸੁਪਰੀਮ ਕੋਰਟ ਦੀ ਗੱਲ ਕਰ ਗਏ, RSS ਨੇ ਆਪਣੇ ਫਿੱਟ ਕਰਤੇ ਆ, ਹੌਲੀ 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 ਅਸੀਂ ਸਾਰੇ ਪਾਸੋਂ ਖਤਮ ਹੁੰਦੇ ਤੁਰੇ ਜਾਂਦੇ ਹਾਂ। ਸਾਡੀ ਜਵਾਨੀ 12 ਕਰਕੇ ਬਾਹਰ ਨੂੰ ਭੱਜੀ ਜਾਂਦੀ ਹੈ, ਕਿਸੇ ਦਾ ਇਹਦੇ ਨੂੰ ਧਿਆਨ ਹੀ ਨਹੀਂ ਹੈਗਾ ਵੀ ਯਾਰ ਮੈਂ IPS ਵੀ ਕਰਨੀ ਹੈ, ਮੈਂ IAS ਬਣਨਾ, ਮੈਂ PCS ਬਣਨਾ, ਮੈਂ ਜੱਜਾਂ ਵਾਲੇ ਪਾਸੇ ਜਾਣਾ। ਸੋ ਇਹ ਗੱਲ ਮੈਂ ਬਾਹਰਲਿਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੀ ਚੀਜ਼ ਦੀ ਸਾਨੂੰ ਲੋੜ ਹੈ, ਜਿਹਨੇ ਸਾਨੂੰ ਆਉਣ ਵਾਲੀ ਕੌਮ ਨੂੰ ਇੱਕ ਨਵੀਂ ਸੇਧ ਦੇਣੀ ਹੈ, ਖੜ੍ਹੇ ਕਰਨਾ, ਉਹ ਚੀਜ਼ ਪੈਦਾ ਕਰੋ, ਉਹ ਚੀਜ਼ 'ਤੇ ਪੈਸੇ ਲਾਓ, ਲੀਡਰਾਂ ਦੇ ਮਗਰ ਪੈਸੇ ਨਾ ਸੁੱਟੋ। ਇਹਨਾਂ ਨੂੰ ਕਿਸੇ ਨੂੰ ਕੋਈ ਪਿਆਰ ਨਾ, ਪੰਜਾਬ ਨਾਲ ਕੋਈ ਪਿਆਰ, ਕੋਈ ਸਰੋਕਾਰ ਨਹੀਂ, ਸਾਰਿਆਂ ਨੂੰ ਆਪਣੀਆਂ ਚੌਧਰਾਂ, ਆਪਣੀਆਂ ਲੀਡਰੀਆਂ ਨਾਲ ਹੈ। ਜਦੋਂ ਇਹਨਾਂ ਦੇ ਮਸਲੇ ਹੱਲ ਹੋ ਜਾਂਦੇ ਆ, ਪਾਸਾ ਪਲਟ ਕੇ ਉਹ ਜਾਂਦੇ ਆ, ਮੁੜ ਕੇ ਤੁਸੀਂ ਗਾਲਾਂ ਕੱਢੀ ਜਾਂਦੇ ਹੁੰਦੇ ਹੋ, ਉਹ ਸਾਡੇ ਨਾਲ ਐਂ ਕਰਕੇ, ਉਹ ਸਾਡੇ ਨਾਲ ਐਂ ਕਰਕੇ। ਮੈਂ ਤਾਂ ਇਹ ਕਹਿੰਦਾ, ਇਹ ਬਾਹਰਲਿਆਂ ਨੂੰ ਭੇਡਾਂ ਸਮਝਦੇ ਆ,
ਹੁਣ ਬਾਹਰਲਿਆਂ ਦੇ ਠੰਡ ਜੀ ਹੋ ਗਈ, ਬਾਹਰ ਉੱਨ ਵਾਹਵਾ ਹੋ ਗਈ ਹੋਣੀ ਆ ਤਾਂ ਹੁਣ ਮੁੱਲ ਲੱਗੇ ਕਰਕੇ ਚਾਰ ਕੁ ਗੱਲਾਂ ਆਈਆਂ ਪੰਜਾਬ। ਜਿਹੜਾ ਮੇਰਾ ਅੱਗਾ ਕਹਿੰਦਾ ਮੈਂ ਪੰਜਾਬ ਦਾ ਬਹੁਤ ਵੱਡਾ ਦਰਦੀ ਹਾਂ, ਮੈਂ ਆਇਆ ਮੈਂ ਉਹ ਕਰ ਦੂੰਗਾ, ਉਸ ਨੂੰ ਰੁਪਈਏ ਭੇਜਣੇ ਸ਼ੁਰੂ ਕਰ ਦਿੰਦੇ ਆ, ਉਦੋਂ ਬਾਅਦ ਉਹ ਆਪਣਾ ਕੰਮ ਪੂਰਾ ਕਰ ਲੈਂਦਾ, ਇਹ ਫਿਰ ਉੱਥੇ ਦੇ ਉੱਥੇ ਖੜੇ ਰਹਿੰਦੇ ਆ। ਇਹੀ ਮੇਰੀ ਬੇਨਤੀ ਹੈ। ਗੁਰਬਾਣੀ ਖੰਡਬਾਣੀ ਨਾਲ ਗੱਲ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ। ਅੰਤ ਵਿੱਚ ਮੈਂ ਇੱਕੋ ਹੀ ਗੱਲ ਕਹਾਂਗਾ ਕਿ ਅਗਰ ਤੁਸੀਂ ਪੰਜਾਬ ਪੰਜਾਬੀ ਪੰਜਾਬੀਅਤ ਬਚਾਉਣੀ ਹੈ, ਜੇ ਪੰਜਾਬ ਦੀ ਜਵਾਨੀ ਬਚਾਉਣੀ ਹੈ, ਜੇ ਪੰਜਾਬ ਦੀ ਕਿਸਾਨੀ ਬਚਾਉਣੀ ਹੈ, ਤਾਂ ਹਰ ਕਿਸੇ ਨੂੰ ਆਪਣੇ ਵੱਲੋਂ ਕੋਸ਼ਿਸ਼ ਕਰਨੀ ਪਏਗੀ। ਸਿਰਫ ਇੱਕ ਲੱਖਾ ਸਧਾਰਨਾ ਨਹੀਂ, ਘਰ ਘਰ ਦੇ ਵਿੱਚ ਅਜਿਹੀਆਂ ਆਵਾਜ਼ਾਂ ਉੱਠਣੀਆਂ ਚਾਹੀਦੀਆਂ ਨੇ, ਅਜਿਹੀ ਹੱਕ ਸੱਚ ਦੀ ਆਵਾਜ਼ ਹਰ ਕਿਸੇ ਦੇ ਜ਼ਹਿਨ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ ਇਸ ਮਾੜੇ ਦੌਰ ਦੇ ਵਿੱਚੋਂ ਦੀ। ਫਿਰ ਗੱਲ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦੀ ਹੋਵੇ, ਜਾਂ ਪੰਜਾਬ ਦੇ ਪਾਣੀਆਂ ਦੀ ਹੋਵੇ, ਜਾਂ ਸਿੱਖ ਕੌਮ ਦੇ ਬਣਦੇ ਕਿਸੇ ਵੀ ਹੱਕਾਂ ਦੀ ਹੋਵੇ, ਉਹ ਹਰ ਹੱਕ ਸਿੱਖ ਕੌਮ ਨੂੰ ਜ਼ਰੂਰ ਮਿਲੇਗਾ ਜੇਕਰ ਸਿੱਖ ਕੌਮ ਇੱਕ ਪਲੇਟਫਾਰਮ ਦੇ ਉੱਤੇ ਇਕੱਠੀ ਹੋਏਗੀ। ਪਰ ਅੱਜ ਸਾਡੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਸਿੱਖ ਕੌਮ ਚਾਹ ਕੇ ਵੀ ਇੱਕ ਪਲੇਟਫਾਰਮ ਦੇ ਉੱਤੇ ਇਕੱਠੀ ਨਹੀਂ ਹੋ ਪਾ ਰਹੀ। ਪਰ ਉਮੀਦ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਸਿੰਘ ਸੱਚਾਈ ਅਤੇ ਇਮਾਨਦਾਰੀ ਦੇ ਨਾਲ ਲੱਗੇ ਹੋਏ ਨੇ, ਜਿਸ ਤਰੀਕੇ ਦੇ ਨਾਲ ਇਹ ਹਜ਼ੂਮ ਇਕੱਠਾ ਹੋ ਰਿਹਾ ਹੈ, ਅਤੇ ਇੱਕ ਵੱਡੇ ਜਿਸ ਨੂੰ ਕਹਿੰਦੇ ਕਿ ਸੈਲਾਬ ਦਾ ਅੰਦੇਸ਼ਾ ਆ ਰਿਹਾ ਹੈ ਨਜ਼ਰ, ਕਿ ਬਹੁਤ ਜਲਦ ਉਹ ਸੈਲਾਬ ਕੌਮ ਦੇ ਵਿੱਚ ਆਏਗਾ, ਜੋ ਕੌਮ ਦੀਆਂ ਜੋ ਵੀ ਤਕਲੀਫਾਂ ਹੈ ਨੇ, ਦੁੱਖ ਹੈ ਨੇ, ਉਹਨਾਂ ਨੂੰ ਦਰਕਿਨਾਰ ਕਰਕੇ ਕੌਮ ਨੂੰ ਮੁੜ ਉਸ ਚੜ੍ਹਦੀ ਕਲਾ ਵੱਲ ਲੈ ਕੇ ਜਾਏਗਾ ਜਿਸ ਦੇ ਵਿੱਚ ਕੌਮ ਹੋਣੀ ਚਾਹੀਦੀ ਹੈ। ਮੀਰੀ ਅਤੇ ਪੀਰੀ ਦਾ ਸਿਧਾਂਤ ਵੀ ਜਲਦ ਸਿੱਧਾ ਹੋਏਗਾ, ਮਾੜੇ ਮਸੰਦ ਕੱਢ ਕੇ ਕੌਮ 'ਚੋਂ ਬਾਹਰ ਕੀਤੇ ਜਾਣਗੇ, ਅਕਾਲ ਤਖਤ ਵੀ ਆਜ਼ਾਦ ਕਰਵਾਇਆ ਜਾਏਗਾ, SGPC ਵੀ ਆਜ਼ਾਦ ਕਰਵਾਈ ਜਾਏਗੀ, ਅਤੇ ਸਿੱਖ ਕੌਮ ਮੁੜ ਚੜ੍ਹਦੀ ਕਲਾ ਵਿੱਚ ਆਏਗੀ। ਇਸੇ ਦੇ ਨਾਲ ਆਪਣੇ ਹੋਸਟ ਅਤੇ ਦੋਸਤ ਪ੍ਰੀਤ ਸੈਣੀ ਦਿਓ ਇਜਾਜ਼ਤ। ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।